ਮੈਂ ਕਿਹਾ ਲੱਸੀ ਤਾਂ ਲੈ ਆਂਦੀ ਪੀਣੀ ਉਹ ਤਾਂ ਗੱਲ ਕਰ ਮੈਂ ਪਿਆਵਾਂ ਤੈਨੂੰ ਆਂਦਾ ਆਂਦਾ ਵਾਹਿਗੁਰੂ ਜ਼ਿੰਦਗੀ ਕਰੇ ਮੈਂ ਇੱਕ ਵਾਰੀ ਆਵਾਂਗਾ ਇੱਥੇ ਤੇਰੇ ਕੋਲ ਲੱਸੀ ਪੀਵਾਂਗਾ ਤੁਹਾਡੇ ਆ ਕੇ ਪਿੰਡ ਦੀ ਉਸ ਆਈ ਨੇ ਪਹਿਲਾਂ ਤਾਂ ਮੈਨੂੰ ਦੱਸਿਆ ਉਹਨੇ ਆਖਿਆ ਵੀ ਤੂੰ ਇਹਨਾਂ ਦਾ ਮੁੰਡਾ ਨਹੀਂ ਗਾ ਮੈਂ ਕਿਹਾ ਹੋਰ ਕਿੰਨਾ ਦਾ ਉਹਨੇ ਆ ਤੂੰ ਮੁਸਲਮਾਨਾਂ ਦਾ ਮੁੰਡਾ ਇਹਨੇ ਤੈਨੂੰ ਫੜਿਆ ਸੀ ਅੱਜ ਤੋਂ ਕੁਝ ਚਿਰ ਪਹਿਲੇ ਸਾਡੇ ਚੈਨਲ ਦੇਸੀ ਇਨਫੋਟੇਨਰ 'ਤੇ ਇੱਕ ਕਹਾਣੀ ਚੱਲੀ ਇੱਕ ਕਹਾਣੀ ਅਸੀਂ ਤੁਹਾਨੂੰ ਸੁਣਾਈ ਜਿਹਨੂੰ ਹੁਣ ਤੱਕ 25 ਲੱਖ ਲੋਕ ਵੇਖ ਚੁੱਕੇ ਨੇ ਸਾਡੇ ਚੈਨਲ ਦੇ ਰਾਹੀਂ ਅਤੇ ਹੋਰ ਚੈਨਲਾਂ ਦੇ ਰਾਹੀਂ ਸ਼ਾਇਦ ਇਦੋਂ ਵੀ ਵੱਧ ਕੇ ਵੇਖੀ ਹੋਵੇ ਲੋਕਾਂ ਨੇ ਡਾਊਨਲੋਡ ਕਰਕੇ ਵੇਖੀ ਹੈ ਅਤੇ ਇਹਦੀ ਗਿਣਤੀ ਸ਼ਾਇਦ ਇਦੋਂ 2-3 ਗੁਣਾ ਹੋ ਗਈ ਹੋਵੇ ਲੱਖਾਂ ਲੋਕਾਂ ਨੇ ਉਹ ਕਹਾਣੀ ਵੇਖੀ ਹਜ਼ਾਰਾਂ ਮੈਸੇਜ ਮੈਨੂੰ ਆਏ ਕਿ ਜੀ ਉਬੈਦੁੱਲਾ ਸੁਰਜੀਤ ਸਿੰਘ ਦੀ ਕਹਾਣੀ ਸੁਣ ਕੇ ਅਸੀਂ ਬੇਇਖਤਿਆਰ ਰੋਏ ਹਾਂ ਅਤੇ ਹੰਝੂ ਸਾਡੀ ਅੱਖਾਂ 'ਚੋਂ ਆਪ ਮੁਹਾਰੇ ਵਗਦੇ ਜਾਂਦੇ ਨੇ ਸਾਨੂੰ ਬੜੀ ਜ਼ਿਆਦਾ ਫਰਮਾਇਸ਼ ਆਈ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਸਾਨੂੰ ਇੱਕ ਵਾਰੀ ਫਿਰ ਮਿਲਵਾਓ ਉਬੈਦੁੱਲਾ ਸਾਹਿਬ ਨਾਲ ਜਿਨ੍ਹਾਂ ਦਾ ਪਹਿਲੇ ਨਾਂ ਸੁਰਜੀਤ ਸਿੰਘ ਸੀ ਜਿਸ ਵੇਲੇ ਮੁਸਲਮਾਨ ਮਾਂ ਪਿਓ ਤੋਂ ਵਿਛੜ ਗਏ ਸੀ ਮੁਸਲਮਾਨ ਮਾਂ ਬਾਪੂ ਤੋਂ ਵਿਛੜ ਗਏ ਸੀ 1947 ਦੀ ਹਿਜਰਤ ਵਾਲੇ ਵੇਲੇ ਅਤੇ ਇਹਨਾਂ ਨੂੰ ਉਸ ਵੇਲੇ ਜੋਗਿੰਦਰ ਸਿਓ ਅਤੇ ਬਸੰਤ ਕੌਰ ਨੇ ਆਪਣਾ ਪੁੱਤਰ ਬਣਾ ਲਿਆ ਸੀ ਜੋਗਿੰਦਰ ਸਿਓ ਅਤੇ ਬਸੰਤ ਕੌਰ ਜਿਹੜੇ ਕਿ ਪਾਕਿਸਤਾਨ ਵੱਲੋਂ ਹਿਜਰਤ ਕਰਕੇ ਜਾ ਰਹੇ ਸੀ ਅਤੇ ਰਾਹ ਵਿੱਚ ਉਹਨਾਂ ਨੂੰ ਉਬੈਦੁੱਲਾ ਲਾਵਾਰਸ ਪਿਆ ਮਿਲਿਆ 2.5-3 ਸਾਲ ਦਾ ਬੱਚਾ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਪੁੱਤਰ ਬਣਾਇਆ ਅਤੇ ਉਹਨਾਂ ਦਾ ਨਾਂ ਰੱਖ ਦਿੱਤਾ ਸੁਰਜੀਤ ਸਿਓ ਸੁਰਜੀਤ ਸਿਓ ਉੱਥੇ ਕੋਈ 15-16-17 ਸਾਲ ਰਿਹਾ ਉਹਨਾਂ ਕੋਲ ਅਤੇ ਉਸ ਤੋਂ ਬਾਅਦ ਇਹਨਾਂ ਦੇ ਮਾਮਾ ਜੀ ਲੱਭਦੇ ਹੋਏ ਗਏ ਅਤੇ ਉਹ ਵਾਪਸ ਇਹਨਾਂ ਨੂੰ ਪਾਕਿਸਤਾਨ ਲੈ ਆਏ ਉਹ ਮੈਨੂੰ ਪਤਾ ਚੱਲ ਗਿਆ ਅੱਜ ਸਵੇਰੇ ਮਲਕੀਤ ਸਿੰਘ ਨੇ ਫੋਨ ਕੀਤਾ ਅਮੈਰੀਕਾ 'ਚੋਂ ਅੱਛਾ ਜੀ ਉਹਨੇ ਆਖਿਆ ਜੀ ਉਹਨਾਂ ਨੇ ਤੁਹਾਡੀ ਇਹ ਗੱਲਾਂ ਦੀ ਉੱਥੇ ਫਿਲਮ ਬਣਾਈ ਹੈ ਦੂਸਰਾ ਤੁਹਾਨੂੰ ਚਾਹਦੇ ਬੜਾ ਨੇ ਅੱਛਾ ਜੀ ਕਿ ਤੁਸੀਂ 15 ਮਾਰਚ ਨੂੰ ਉੱਥੇ ਆਓ ਕਬੱਡੀ ਦਾ ਮੈਚ ਹੈ ਮਾਛੀ ਬੁਗਰੇ ਅੱਛਾ ਜੀ ਅਤੇ ਤੁਹਾਨੂੰ ਮਹਿਮਾਨੇ ਖਸੂਸੀ ਰੱਖਾਂਗੇ ਅਸੀਂ ਤੁਹਾਨੂੰ ਬਾਰਡਰ ਤੋਂ ਆ ਕੇ ਗੱਡੀ 'ਤੇ ਲੈ ਕੇ ਜਾਵਾਂਗੇ ਤੁਹਾਡਾ ਪਾਸਪੋਰਟ ਜਿਹੜਾ ਉਹ ਬਣਨਾ ਚਾਹੀਦਾ ਪੇਪਰ ਜਿੰਨੇ ਆਖੋ ਅਸੀਂ ਭੇਜ ਦਿੰਦੇ ਇੱਥੋਂ ਅੱਛਾ ਅੱਛਾ ਅਤੇ ਤੁਸੀਂ ਪਾਸਪੋਰਟ ਬਣਵਾਓ ਇੱਥੇ ਜੋ ਖਰਚਾ ਆਉਂਦਾ ਸਾਨੂੰ ਦੱਸ ਦਿਓ ਅਸੀਂ ਖਰਚਾ ਘੱਲ ਦਿੰਦੇ ਮੈਂ ਆਖਿਆ ਨਹੀਂ ਖਰਚਾ ਨਾ ਤੁਸੀਂ ਘੱਲੋ ਅੱਛਾ ਇਹ ਦੱਸੋ ਕਿ ਇਹ ਮਲਕੀਤ ਸਿੰਘ ਕੌਣ ਨੇ ਇਹ ਮਲਕੀਤ ਸਿੰਘ ਜੱਟ ਹੈ ਅਤੇ ਉੱਥੇ ਇਹਦੀ ਚਾਚੀ ਜਿਹੜੀ ਸੀ ਨਾ ਉਹ ਸਾਨੂੰ ਪੜ੍ਹਾਉਂਦੀ ਸੀ ਅੱਛਾ ਤੇ ਇਹਦਾ ਜਿਹੜਾ ਚਾਚੂ ਜਾਨ ਸੀ ਉਹ ਸਾਈਕਲ ਤੇ ਫਿਰੋਜ਼ਪੁਰ ਜਾ ਕੇ ਪੜ੍ਹਾਉਂਦਾ ਸੀ ਅੱਛਾ ਜੀ ਇਹਦਾ ਬੱਚੀ ਬੱਚਾ ਉਦੋਂ ਕੋਈ ਨਹੀਂ ਸੀ ਕਿਸੇ ਟਾਈਮ ਮੈਂ ਸਕੂਲੋਂ ਲੇਟ ਹੋ ਜਾਣਾ ਨਾ ਤਾਂ ਉਹਨੇ ਪੁੱਛਣਾ ਵੀ ਕਿਉਂ ਨਹੀਂ ਤੂੰ ਸਕੂਲ ਟਾਈਮ ਨਾ ਆਇਆ ਅਤੇ ਮੈਂ ਆਖਣਾ ਰੋਟੀ ਨਹੀਂ ਪੱਕੀ ਤਾਂ ਉਹਨੇ ਆਖਣਾ ਆ ਤੁਰ ਦਹੀਂ ਨਾ ਰੋਟੀ ਮੈਂ ਤੈਨੂੰ ਘਰ ਚੱਲ ਕੇ ਖਵਾਉਣੀ ਆ ਅਤੇ ਸਕੂਲੋਂ ਲੇਟ ਨਾ ਹੋਇਆ ਕਰ ਖਾਣਾ ਮੇਰੇ ਘਰ ਆਣ ਕੇ ਖਾ ਲਿਆ ਕਰ ਅੱਛਾ ਅਤੇ ਮੇਰੇ ਬਾਪੂ ਨੇ ਆਖਿਆ ਵੀ ਨਹੀਂ ਪੁੱਤਰ ਰੋਟੀ ਟਾਈਮ ਨਾਲ ਤੈਨੂੰ ਪਕਵਾ ਦਿਆ ਕਰੂੰ ਮੈਂ ਅਤੇ ਤੂੰ ਖਾਣਾ ਉਹਨਾਂ ਦੇ ਘਰ ਜਾ ਕੇ ਨਹੀਂ ਖਾਇਆ ਕਰਨਾ ਉਹਨੇ ਸਾਨੂੰ 4ਵੀਂ ਅਤੇ 3ਵੀਂ ਜਮਾਤ 2 ਜਮਾਤਾਂ ਪੜ੍ਹਾਈਆਂ ਇਹਨਾਂ ਦੀ ਚਾਚੀ ਦੇ ਮਲਕੀਤ ਸਿੰਘ ਦੀ ਨੇ ਜਿਹੜਾ ਅੱਜ ਘਰ ਅਮੈਰੀਕਾ 'ਚ ਬੈਠਾ ਹੋਇਆ ਉਹ ਤੁਹਾਡੇ ਉਸਤਾਦ ਵੀ ਸੀ ਉਹ ਸਾਡੇ ਉਸਤਾਦ ਸੀ ਅਤੇ ਉਸ ਤੋਂ ਪਹਿਲੀ ਦੂਸਰੀ ਉਸਤਾਦ ਜਿਹੜੇ ਉਹ ਸਧਿਆਣੀ ਦੇ ਗੁਰਦੀਪ ਸਿੰਘ ਮਾਸਟਰ ਸੀ ਉਹ ਪੜ੍ਹਾਉਂਦੇ ਰਹੇ 2 ਜਮਾਤਾਂ ਉਹਨਾਂ ਨੇ 1ਵੀਂ ਅਤੇ 2ਵੀਂ ਉਹਨਾਂ ਪੜ੍ਹਾਈ ਹੈ 3ਵੀਂ ਅਤੇ 4ਵੀਂ ਇਹ ਬੀਬੀ ਨੇ ਪੜ੍ਹਾਈ ਜਿਹੜੀ ਸਾਡੇ ਪਿੰਡ ਦੀ ਨੂੰਹ ਸੀ ਅਤੇ ਮਲਕੀਤ ਸਿੰਘ ਦੀ ਚਾਚੀ ਸੀ ਮਲਕੀਤ ਸਿੰਘ ਤੁਹਾਡੇ ਨਾਲ ਤਾਂ ਨਹੀਂ ਪੜ੍ਹਦਾ ਸੀ ਮੇਰੇ ਨਾਲ ਪੜ੍ਹਦਾ ਸੀ ਜੀ ਤੁਹਾਡਾ ਹਮ ਜਮਾਤੀ ਸੀ ਮੇਰੇ ਤੋਂ 1.5 ਸਾਲ ਛੋਟਾ ਸੀ ਪੜ੍ਹਦਾ ਮੇਰੇ ਨਾਲ ਸੀ ਜੀ ਹੁਣ ਜਿਹੜਾ ਤੁਹਾਡੇ ਨਾਲ ਰਾਬਤਾ ਹੋਇਆ ਮਲਕੀਤ ਸਿੰਘ ਦਾ ਹਾਂਜੀ ਇਹ ਕਿਵੇਂ ਹੋਇਆ ਇਹ ਜੀ ਫੋਨ 'ਤੇ ਹੋਇਆ ਉਹ ਸ਼ੇਰ ਮੁਹੰਮਦ ਕੋਲ ਨੰਬਰ ਸੀ ਅਤੇ ਉਹਨਾਂ ਨੇ ਵੀਡੀਓ ਜਿਹੜਾ ਹੈਗੀ ਨਾ ਦੂਸਰਾ ਵੱਡਾ ਮੋਬਾਈਲ ਉਹਦੇ 'ਤੇ ਫੋਨ ਉਹਨੂੰ ਕੀਤਾ ਉਹਦੀ ਬੈਠਕ 'ਤੇ ਮੈਂ ਆਇਆ ਅਤੇ ਮੈਨੂੰ ਉਹਨੇ ਆਖਿਆ ਵੀ ਇਸ ਤਰ੍ਹਾਂ ਮਲਕੀਤ ਤੇਰਾ ਹਮ ਜਮਾਤੀ ਅਤੇ ਉਹ ਅਮੈਰੀਕਾ 'ਚੋਂ ਫੋਨ ਕਰਦਾ
ਉਹ ਮੇਰੇ ਹੁੰਦਿਆਂ ਹੀ ਫੋਨ ਆ ਗਿਆ ਫਿਰ ਅਤੇ ਮਲਕੀਤ ਸਿੰਘ ਨੇ ਆਖਿਆ ਯਾਰ ਗੱਲ ਇਹ ਹੈ ਤੂੰ ਮੈਨੂੰ ਆਪਦੇ ਫੋਨ ਦਾ ਨੰਬਰ ਦੇ ਦੇ ਖਾਂ ਜੇ ਨਹੀਂ ਨਾ ਹੈਗਾ ਦੂਸਰਾ ਮੋਬਾਇਲ ਤੇਰੇ ਕੋਲ ਟਿਚ ਮੋਬਾਇਲ ਨਹੀਂ ਹੈਗਾ ਵਟਸਐਪ ਵਾਲਾ ਨਹੀਂ ਹੈਗਾ ਤੇ ਤੂੰ ਮੈਨੂੰ ਦੂਸਰੇ ਮੋਬਾਇਲ ਦਾ ਨੰਬਰ ਦੇ ਦੇ ਮੈਂ ਤੇਰੇ ਨਾਲ ਡਾਇਰੈਕਟ ਗੱਲ ਤਾਂ ਕਰ ਲਿਆ ਕਰਾਂ ਯਾਰ ਮੈਂ ਫਿਰ ਮੋਬਾਇਲ ਦਾ ਫੋਨ ਦਾ ਨੰਬਰ ਉਹਨੂੰ ਦੇ ਦਿੱਤਾ ਉਹ ਹੁਣ ਚੌਥੇ ਦਿਨ ਪੰਜਵੇਂ ਦਿਨ ਅੱਠਵੇਂ ਦਿਨ ਮੈਨੂੰ ਫੋਨ ਕਰਦਾ ਡਾਇਰੈਕਟ ਸਿੱਧਾ ਏ ਅਤੇ ਫੋਨ ਲੱਗ ਜਾਂਦਾ ਸਵੇਰੇ ਅਤੇ ਉਹ ਮੈਨੂੰ ਦੱਸ ਦਿੰਦਾ ਫਿਰ ਵੀ ਹੁਣ ਇੱਥੇ ਰਾਤ ਦੇ 9 ਵੱਜ ਗਏ ਨੇ ਹੁਣ 10 ਵੱਜ ਗਏ ਨੇ ਮੈਂ ਅਜੇ ਸੁੱਤਾ ਨਹੀਂ ਗਾ ਮੈਂ 12 ਵਜੇ ਸੌਣਾ ਹੈ ਅਤੇ ਮੇਰੇ ਨਾਲ ਗੱਲਾਂ ਬਾਤਾਂ ਕਰ ਉਹ ਫਿਰ ਗੱਲਾਂ ਬਾਤਾਂ ਦੁੱਖ ਸੁੱਖ ਦੀਆਂ ਹੁੰਦੀਆਂ ਰਹਿੰਦੀਆਂ ਉਹ ਫੈਮਿਲੀ ਮੇਰੀ ਦਾ ਹਾਲ ਚਾਲ ਪੁੱਛਦਾ ਮੈਂ ਉਹਦੀ ਫੈਮਿਲੀ ਦਾ ਹਾਲ ਚਾਲ ਪੁੱਛਣਾ ਉਹ ਮੈਨੂੰ ਪੁੱਛਦਾ ਭਾਬੀ ਦਾ ਕੀ ਹਾਲ ਹੈ ਮੈਂ ਅੱਜ ਸਵੇਰੇ ਉਹਨੂੰ ਪੁੱਛਦਾ ਰਿਹਾ ਭਾਬੀ ਦਾ ਕੀ ਹਾਲ ਉਹਨੇ ਆਖਿਆ ਉਹਦਾ ਸੁੱਤੀ ਪਈ ਸੁਬਹਾ ਉਹਨੇ 5 ਵਜੇ ਉੱਠ ਕੇ ਨਾ ਅਤੇ ਉਹ ਗ੍ਰੰਥ ਪੜ੍ਹਦੀ ਹੈ ਅੱਛਾ ਜੀ ਅਤੇ ਮੈਂ 8 ਵਜੇ ਸੁੱਤਾ ਪਿਆ ਉੱਠਣਾ ਸਵੇਰ ਨੂੰ ਅੱਛਾ ਮੈਂ ਉੱਠ ਕੇ ਨਹਾਤਾ ਅਤੇ ਨਾਸ਼ਤਾ ਕਰ ਲਿਆ ਅਤੇ ਉਦੋਂ ਬਾਅਦ ਮੈਂ ਆਪਦਾ ਫਿਰ ਵਿਹਲਾ ਸਾਰਾ ਦਿਨ ਅਤੇ ਉਹਨੇ ਸੁਬਹਾ ਉੱਠ ਕੇ ਨਾ ਵਾਹਿਗੁਰੂ ਦਾ ਵਾਹਿਗੁਰੂ ਕਰਨਾ ਹੁੰਦਾ ਮੈਂ ਕਿਹਾ ਫਿਰ ਤੂੰ ਇਹਦਾ ਮਤਲਬ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ ਉਹ ਕਰਦੀ ਹੈ ਅੱਛਾ ਰੱਬ ਵੱਲ ਉਹਦਾ ਘਣਾ ਧਿਆਨ ਹੈ ਬੀਬੀ ਦਾ ਜਿਹੜਾ ਹਾਂਜੀ ਠੀਕ ਹੈ ਅੱਛਾ ਮਲਕੀਤ ਸਿੰਘ ਜਿਹੜਾ ਤੁਹਾਡਾ ਹਮ ਜਮਾਤੀ ਸੀ ਜਿਹੜਾ ਹੁਣ ਅਮੈਰੀਕਾ ਰਹਿੰਦਾ ਹੈ ਹਾਂਜੀ ਪਹਿਲੀ ਵਾਰ ਉਹਦਾ ਫੋਨ ਆਇਆ ਕੀ ਗੱਲ ਹੋਈ ਤੁਹਾਨੂੰ ਫੋਨ ਫੜਾਇਆ ਵੀ ਆ ਕੋਈ ਮਲਕੀਤ ਸਿੰਘ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂਜੀ ਉਹਨੇ ਮੈਨੂੰ ਦੱਸ ਪੁੱਛਿਆ ਫਿਰ ਹਾਂ ਬਈ ਸੁਣਾ ਫਿਰ ਤੇਰਾ ਕੀ ਹਾਲ ਹੈ ਮੈਂ ਕਿਹਾ ਠੀਕ ਠਾਕ ਹੈ ਅੰਬਰ ਦਾ ਕੀ ਹਾਲ ਹੈ ਉਹਨੇ ਆਖਿਆ ਤੂੰ ਅੰਬਰ ਨੂੰ ਜਾਣਦਾ ਮੈਂ ਕਿਹਾ ਮੈਂ ਬੜਾ ਜਾਣਦਾ ਉਹਨੇ ਆਖਿਆ ਅੱਛਾ ਤੂੰ 2 ਮਿੰਟ ਸਬਰ ਕਰ ਮੈਂ ਫੋਨ ਲਾ ਦਾਂ ਇੰਡੀਆ ਨੂੰ ਉਹਨੇ ਫੋਨ ਫਿਰ ਇੰਡੀਆ ਨੂੰ ਲਾ ਦਿੱਤਾ ਉੱਥੇ ਉਹ ਮੁੰਡਾ ਉਹਦਾ ਕੋਈ ਦੋਸਤ ਸੀ ਉਹਦਾ ਨਾਂ ਸੀ ਉਹਦਾ ਹੈਗਾ ਸੀ ਭਾਗ ਸਿੰਘ ਦਾ ਪੋਤਰਾ ਉਹਨੇ ਭਾਗ ਸਿੰਘ ਦੇ ਪੋਤਰੇ ਨੂੰ ਆਖਿਆ ਵੀ ਇਹਨੂੰ ਪਿੰਡ ਦਾ ਸਾਰਾ ਨਕਸ਼ਾ ਵਿਖਾ ਉਹਨੇ ਮੋਬਾਈਲ 'ਤੇ ਸਾਰਾ ਨਕਸ਼ਾ ਵਿਖਾਇਆ ਮਾਛੀ ਬੁਗਰੇ ਦਾ ਅੱਛਾ ਉਹਨੇ ਆਖਿਆ ਆਹ ਸਕੂਲ ਦੇ ਪਿਛਲੇ ਪਾਸੇ ਹੁਣ ਸਟੇਡੀਅਮ ਬਣ ਗਿਆ ਅੱਛਾ ਜੀ ਅਤੇ ਗੁਰਦੁਆਰਾ ਇੱਥੋਂ ਸ਼ਹੀਦ ਕੀਤਾ ਗਿਆ ਗੁਰਦੁਆਰਾ ਇਧਰਲੀ ਸਾਈਡ 'ਤੇ ਸਕੂਲ ਵਾਲੀ ਸਾਈਡ 'ਤੇ ਬਣ ਗਿਆ ਫਿਰ ਉਹਨਾਂ ਬਾਜੀਗਰਾਂ ਦੇ ਵੀ ਘਰ ਵਿਖਾਏ ਮੈਨੂੰ ਅੱਛਾ ਫਿਰ ਅੰਮ੍ਰਿਤ ਸਿੰਘ ਦਾ ਗੱਲ ਲੱਗਾ ਕਰਾਉਣ 'ਤੇ ਅੰਮ੍ਰਿਤ ਸਿੰਘ ਮੰਜੇ 'ਤੇ ਬਿਮਾਰ ਪਿਆ ਹੋਇਆ ਸੀ ਅੱਛਾ ਉਹਦੀ ਬੀਵੀ ਨੇ ਆਖਿਆ ਜੀ ਤੈਨੂੰ ਫੋਨ ਆਇਆ ਪਾਕਿਸਤਾਨ ਦੇ ਵਿੱਚ ਉਹ ਗੱਲ ਤਾਂ ਕਰਦਾ ਉਹ ਵਿਚਾਰਾ ਗੱਲ ਕਰਦਾ ਜੀਫ ਹੋਇਆ ਪਿਆ ਸੀ ਮੰਜੇ 'ਤੇ ਪਿਆ ਸੀ ਬਿਮਾਰ ਬਮੂਰ ਹੈਗਾ ਇਹ ਅੰਮ੍ਰਿਤ ਸਿੰਘ ਵੀ ਤੁਹਾਡਾ ਕਲਾਸ ਫੈਲੋ ਅੰਮ੍ਰਿਤ ਸਾਹਿਬ ਕਲਾਸ ਫੈਲਰ ਨਹੀਂ ਸੀ ਉਹਦੇ ਨਾਲ ਵਾਕਫੀ ਅਤੇ ਬੜੀ ਭੈਣਾਂ ਭਰਾਵਾਂ ਤਰ੍ਹਾਂ ਸੀ ਸਾਡੇ ਘਰ ਦੇ ਵਿੱਚ ਵੀ ਅਸੀਂ ਉਹਦੇ ਘਰ ਜਾਂਦੇ ਆਉਂਦੇ ਸੀ ਉਹ 6-7 ਭਰਾ ਸੀ ਸਿਰਫ ਦੂਸਰਿਆਂ ਨਾਲ ਓਡੇ ਤਾਲੁਕਾਤ ਨਹੀਂ ਸੀ ਉਹਦੇ ਨਾਲ ਜ਼ਿਆਦਾ ਤਾਲੁਕਾਤ ਸੀ ਜਿਸਲੇ ਅੰਮ੍ਰਿਤ ਸਿੰਘ ਨਾਲ ਤੁਹਾਡੀ ਗੱਲ ਹੋਈ ਫਿਰ ਕੀ ਉਹ ਉਹਨੇ ਕੀ ਮਹਿਸੂਸ ਉਹਨੇ ਗੱਲ ਦੇ ਜਿਹੜੀ ਨਾ ਉਹਦੇ ਤੋਂ ਗੱਲ ਸਹੀ ਨਹੀਂ ਹੋਈ ਅਜੀਬ ਹੋਇਆ ਪਿਆ ਅਤੇ ਇੱਕ ਬਿਮਾਰ ਸੀ ਅਤੇ ਉਹ 8 ਦਿਨਾਂ ਬਾਅਦ ਉਹਦਾ ਫੋਨ ਆ ਗਿਆ ਜੀ ਉਹ ਖੁਦਾ ਨੂੰ ਪਿਆਰਾ ਹੋ ਗਿਆ ਉਹ ਫਿਰ ਬੀਬੀ ਨੇ ਆਖਿਆ ਵੀ ਉਹਦਾ ਪੂਰੇ ਹੋ ਗਏ ਨੇ ਅਤੇ ਕੱਲ੍ਹ ਉਹਦੇ ਅਖੇ ਫੁੱਲ ਚੋਣ ਜਾਣਾ ਸੀ ਜਿੱਦਣ ਫੌਤ ਹੋਇਆ ਉਸ ਦਿਨ ਹੀ ਫੋਨ ਮੈਨੂੰ ਆ ਗਿਆ ਸੀ ਅੱਛਾ ਅਤੇ ਉਹਨਾਂ ਨੇ ਆਖਿਆ ਜੀ ਕੱਲ੍ਹ ਨੂੰ ਉਹਦੇ ਫੁੱਲ ਚੋਣ ਜਾਣੇ ਨੇ ਫਿਰ ਜਦੋਂ ਪਹੁੰਚ ਪਈ ਉਦੋਂ ਅਸੀਂ ਗੰਗਾ ਤਾਰਨ ਜਾਵਾਂਗੇ ਮਲਕੀਤ ਸਿੰਘ ਜਿਹੜਾ ਤੁਹਾਡਾ ਹਮ ਜਮਾਤੀ ਹੈ ਹਾਂਜੀ ਉਹਦੇ ਨਾਲ ਹੋਰ ਤੁਹਾਡੀਆਂ ਕਿਹੜੀਆਂ ਕਿਹੜੀਆਂ ਗੱਲਾਂ ਕਿਹੜੀਆਂ ਕਿਹੜੀਆਂ ਯਾਦਾਂ ਤੁਸੀਂ ਆਪਸ 'ਚ ਤਾਜ਼ਾ ਕੀਤੀਆਂ ਯਾਦਾਂ ਤਾਜ਼ਾ ਇਸੇ ਕਰਕੇ ਉਹਨੇ ਆਂਦਾ ਜੀ ਤੂੰ ਮੈਨੂੰ ਸਿਆਣਿਆ ਮੈਂ ਕਿਹਾ ਮੈਂ ਤਾਂ ਤੈਨੂੰ ਸਿਆਣਿਆ ਨਹੀਂ ਗਾ ਉਹਨੇ ਆ ਤੂੰ ਤਾਂ ਨਹੀਂ ਮੈਨੂੰ ਸਿਆਣਿਆ ਮੈਂ ਸਿਆਣਿਆ ਆਪਾਂ ਇੱਕੇ ਜਮਾਤ 'ਚ ਪੜ੍ਹਦੇ ਰਹੇ ਹਾਂ ਅਤੇ ਤੂੰ ਕੋਈ ਨਿਸ਼ਾਨੀ ਮੈਂ ਕਿਹਾ ਵੀ ਉਹ ਬੀਬੀ ਪੜ੍ਹਾਉਂਦੀ ਸੀ ਆਪਣੇ ਪਿੰਡ ਦੀ ਕਹਿੰਦਾ ਉਹ ਮੇਰੀ ਚਾਚੀ ਸੀ ਮੈਂ ਕਿਹਾ ਅੱਛਾ ਉਹ ਚਾਚੀ ਤੇਰੀ ਆਖਿਆ ਉਹ ਅਤੇ ਮੈਂ ਕਿਹਾ ਫਿਰ ਉਹਦਾ ਬੰਦਾ ਜਿਹੜਾ ਉਹ ਸਕੂਲ ਜਾਂਦਾ ਹੁੰਦਾ ਸੀ ਫਿਰੋਜ਼ਪੁਰ ਪੜ੍ਹਾਉਣ ਉਹਨੇ ਆਖਿਆ ਉਹ ਚਾਚਾ ਸੀ ਮੇਰਾ ਅੱਛਾ ਫਿਰ ਉਹਨੇ ਆਪਦੇ ਵਾਲਦ ਦਾ ਹੀ ਮੈਨੂੰ ਨਾਂ ਦੱਸਿਆ ਮੈਂ ਚੇਤਾ ਦੀ ਰੱਖਿਆ ਇਹਨਾਂ ਗੱਲਾਂ ਦਾ ਤਵੱਜੋ ਨਹੀਂ ਸੀ ਮੈਨੂੰ ਵੀ ਮੈਂ ਇਹਦਾ ਇੰਟਰਵਿਊ ਦੇਣਾ ਹੈ ਨਹੀਂ ਤਾਂ ਮੈਂ ਉਹ ਬੀਬੀ ਦਾ ਵੀ ਨਾਂ ਪੁੱਛ ਰਿਹਾ ਵੀ ਜਿਹੜੀ ਪੜ੍ਹਾਉਂਦੀ ਰਹੀ ਉਹਦਾ ਨਾਂ ਕੀ ਸੀ ਠੀਕ ਹੈ ਅੱਛਾ ਸਾਨੂੰ ਇਹ ਸੁਣਾਓ ਉਹ ਗੱਲਾਂ ਥੋੜ੍ਹੀਆਂ ਜਿਹੀਆਂ ਹੋਰ ਕਿ ਤੁਹਾਡੇ ਮਾਂ ਪਿਓ ਜਿਹੜੇ ਅਸਲ ਸੀ ਉਹ ਤਾਂ ਵਿਛੜ ਗਏ ਹਾਂਜੀ ਉਸ ਭੱਜੋ ਉਡੀਕੇ ਦੇ ਵਿੱਚ ਤੁਹਾਡੇ ਬਾਪ ਨੂੰ ਤੁਹਾਨੂੰ ਸੱਟ ਕੇ ਭੱਜਣਾ ਪਿਆ ਹਾਂਜੀ ਨਾਲਦਿਆਂ ਨੇ ਕਿਹਾ ਵੀ ਅਗਰ ਇਹ ਬੱਚਾ ਰੋਂਦਾ ਰਿਹਾ ਤਾਂ ਕਮਾਦ ਦੇ ਵਿੱਚ ਆਪਾਂ ਲੁਕਣਾ ਅਤੇ ਆਪਾਂ ਫੜੇ ਜਾਵਾਂਗੇ ਜੀ ਆ ਉਹਨਾਂ ਨੇ ਮਜਬੂਰੀ ਨਾਲ ਤੁਹਾਨੂੰ ਛੱਡ ਦਿੱਤਾ ਤੁਸੀਂ ਉਹ ਕਮਾਦ 'ਚ ਲੁਕੇ ਅਤੇ ਫਿਰ ਉਹਨਾਂ ਨੂੰ ਵਾਪਸ ਆਉਣਾ ਨਸੀਬ ਨਾ ਹੋਇਆ ਤੁਹਾਨੂੰ ਚੁੱਕ ਕੇ ਲੈ ਗਿਆ ਜੋਗਿੰਦਰ ਸਿੰਘ ਅਤੇ ਬਸੰਤ ਕੌਰ ਹਾਂਜੀ ਤੁਸੀਂ ਬਾਅਦ 16-17 ਸਾਲ ਬਾਅਦ ਜਿਲ੍ਹੇ ਜੋਗਿੰਦਰ ਸਿੰਘ ਬਸੰਤ ਕੌਰ ਪੂਰੇ ਹੋ ਗਏ ਰੱਬ ਕੋਲ ਅੱਪੜ ਗਏ ਉਸ ਵੇਲੇ ਤੁਸੀਂ ਪਾਕਿਸਤਾਨ ਆ ਗਏ ਹਾਂਜੀ ਪਾਕਿਸਤਾਨ ਆਏ ਅਤੇ ਖੁਸ਼ੀ ਗਮੀ ਦੇ ਮੌਕੇ 'ਤੇ ਉਹ ਯਾਦ ਤਾਂ ਆਏ ਹੋਣਗੇ ਤੁਹਾਨੂੰ ਹਾਂ ਯਾਦ ਆਏ ਮੈਨੂੰ
ਯਾਦ ਮੈਨੂੰ 3 ਮਹੀਨੇ ਆਉਂਦੇ ਰਹੇ ਜਦੋਂ ਮੈਂ ਉਧਰੋਂ ਆਇਆ ਨਾ, ਮੈਂ 3 ਮਹੀਨੇ ਰੋਂਦਾ ਰਿਹਾ। ਗੇਰ ਵਾਲਾ ਢਾਰਾ ਬਣਾਇਆ ਸੀ, ਬਰਾਂਡਾ ਬਣਾਇਆ ਜਿਹਦੇ ਵਿੱਚ ਪੱਠੇ ਕੁਦਰਦੇ ਸੀ। ਉਹਦੇ ਪਿਛਲੇ ਪਾਸੇ ਬਹਿ ਕੇ ਨਾ, ਪਿੱਛੇ ਕੰਮ ਕਾਰ ਫਾਰਕ ਹੁੰਦਾ ਸੀ ਨਾ, ਉਦੋਂ ਉਹਦੇ ਪਿੱਛੇ ਬਹਿ ਕੇ ਰੋਂਦਾ ਹੁੰਦਾ ਸੀ। ਜਦੋਂ ਤੁਹਾਡੀ ਸ਼ਾਦੀ ਹੋਈ, ਹਾਂਜੀ, ਸਿਹਰਾ ਬੰਨਿਆ, ਹਾਂਜੀ, ਆਮ ਤੌਰ 'ਤੇ ਉਸ ਵੇਲੇ ਆਪਣੇ ਪਿਆਰੇ ਯਾਦ ਆਉਂਦੇ ਨੇ। ਹਾਂਜੀ, ਉਸ ਵੇਲੇ ਤੁਹਾਡੇ ਕੋਲ ਅਸਲ ਮਾਂ ਬਾਪ ਤਾਂ ਹੈ ਸਨ? ਅਸਲ ਮਾਂ ਬਾਪ ਨਹੀਂ ਸੀ ਉਦੋਂ ਹੈਗਾ, ਚੂਰੀਆਂ ਕੁੱਟ ਕੁੱਟ ਕੇ ਖਵਾਉਂਦੀ ਰਹੀ ਹੈ ਤੇ ਮੱਖਣੀਆਂ ਰੋਟੀ ਤੇ ਰੱਖ ਰੱਖ ਕੇ ਖਵਾਉਂਦੀ ਰਹੀ ਹੈ। ਅੱਜ ਹੁੰਦੀ ਦੇਖਾਂ ਦੀ ਕਿੰਨੇ ਕੁ ਸਕਦੇ ਵਾਰੀਆਂ ਜਾਵੇ ਆ। ਅੱਛਾ, ਹੁਣ ਮਲਕੀਤ ਸਿੰਘ ਕਹਿੰਦਾ ਫਿਰ ਮਾਛੀ ਬੁਗਰੇ ਚੱਲੀਏ ਰਲ ਕੇ। ਹਾਂਜੀ, ਕੀ ਪਲੈਨ ਕੀਤਾ ਫਿਰ ਤੁਸੀਂ ਜਾਣਾ? ਪਲੈਨ ਕੀਤਾ ਮੈਂ ਤਾਂ ਹੁਣ ਜਾਣਾ ਤੇ ਮੇਰੇ ਬੱਚੇ ਜਿਹੜੇ ਨਾ ਉਹ ਆਉਂਦੇ ਨੇ ਵੀ ਨਾ ਜਾਵੀ ਤੂੰ, ਜੇ ਤੂੰ ਚਲਾ ਗਿਆ ਨਾ ਉੱਥੇ ਤੂੰ ਸਾਨੂੰ ਭੁੱਲ ਜਾਣਾ ਉੱਥੇ ਜਾ ਕੇ। ਇਹਦੇ ਨਾਲ ਬਿਹਤਰ ਇਹੋ ਹੀ ਹੈ ਕਿ ਤੂੰ ਉਹਨੂੰ ਆਵੇ। ਅੱਛਾ, ਮੈਂ ਪਾਸਪੋਰਟ ਬਣਵਾਉਣਾ, ਪਰ ਮੈਂ ਆਖਿਆ ਨਹੀਂ, ਮੈਂ ਵਾਅਦਾ ਕਰ ਲਿਆ ਨਾ, ਮੈਂ ਫਿਰ ਪਾਸਪੋਰਟ ਜ਼ਰੂਰ ਬਣਵਾਵਾਂਗਾ। ਵੀਜ਼ਾ ਲੱਗੇ ਜਾਂ ਨਾ ਲੱਗੇ ਉਹ ਕਿਸਮਤ ਮੇਰੀ ਦੀ ਗੱਲ ਹੈ। ਅੱਛਾ, ਮੈਂ ਉਹਦੇ ਨਾਲ ਵਾਅਦਾ ਕੀਤਾ ਮੈਂ ਜਾਊਂ ਜ਼ਰੂਰ ਇੱਕ ਵਾਰੀ। ਅੱਛਾ, ਉਹ ਆਉਂਦਾ ਸੀ ਮੈਂ ਪੇਪਰ ਜਿੰਨੇ ਆਖੇ ਨਾ, ਅਤੇ ਮੈਨੂੰ ਪਿੰਡ ਵਾਲਿਆਂ ਨੇ ਵੀ ਉੱਥੋਂ ਆਇਆ ਗੁਸ਼ਕਾ ਮਾਛੀ ਬੁਗਰੇ ਵਾਲਾ ਵੀ ਸਿਫਾਰਿਸ਼ ਕੀਤੀ ਹੈ ਵੀ ਚਾਚਾ ਜੀ ਤੁਸੀਂ ਉਹ ਬੰਦੇ ਨੂੰ ਜ਼ਰੂਰ ਲਿਆਉਣਾ, ਜਿੰਨੇ ਪੇਪਰ ਆਖੋ ਅਸੀਂ ਭੇਜਦੇ ਨੇ, ਜੋ ਖਰਚਾ ਆਖੋ ਅਸੀਂ ਭੇਜਦੇ ਹਾਂ। ਅੱਛਾ, ਮਗਰ ਮੈਂ ਆਖਿਆ ਵੀ ਨਹੀਂ, ਖਰਚੇ ਖੁਰਚੇ ਦੀ ਲੋੜ ਮਲਕੀਤ ਸਿੰਘ ਨੇ ਆਖਿਆ ਵੀ ਨਹੀਂ ਕਿਸੇ ਦੀ ਵੀ, ਅਤੇ ਮੈਂ ਕੋਸ਼ਿਸ਼ ਕਰਦਾ ਪਿਆ ਉਹ ਅੱਲਾ ਦੇ ਹੁਕਮ ਨਾਲ ਆਊਗਾ ਇੱਧਰ। ਜਿਹੜੇ ਬੱਚਿਆਂ ਨੇ ਮੈਨੂੰ ਨਹੀਂ ਨਾ ਵੇਖਿਆ, ਮੇਰੇ ਤੋਂ ਬਾਅਦ ਪੈਦਾਇਸ਼ ਹੋਈ ਉਹਨਾਂ ਦੀ, ਉਹ ਉਹਨੂੰ ਆਉਂਦੇ ਚਾਚਾ ਜੀ ਉਹਨੂੰ ਜ਼ਰੂਰ ਲੈ ਕੇ ਆਉਣਾ, ਜੇ ਜਿਵੇਂ ਵੀ ਤੁਸੀਂ ਲਿਆ ਸਕਦੇ ਜੇ ਉਹਨੂੰ ਲਿਆਓ, ਉਹਦਾ ਪਾਸਪੋਰਟ ਨਹੀਂ ਬਣ ਸਕਦਾ ਨਾ, ਅਤੇ ਅਸੀਂ ਇੱਥੋਂ ਪੇਪਰ ਘੱਲ ਦਿੰਦੇ ਹਾਂ ਅਤੇ ਉਹ ਪਾਸਪੋਰਟ ਜ਼ਰੂਰ ਬਣ ਜਾਏਗਾ, ਪੇਪਰ ਘੱਲਦਾ ਇੱਥੋਂ। ਤੁਹਾਨੂੰ ਪਿੰਡ ਵਾਲੇ ਤੁਹਾਡੇ ਜਾਂ ਮਲਕੀਤ ਸਿੰਘ ਉਬੈਦੁੱਲਾ ਕਹਿੰਦੇ ਨੇ ਜਾਂ ਸੁਰਜੀਤ ਸਿੰਘ ਕਹਿੰਦੇ? ਨਹੀਂ ਜੀ, ਮੈਨੂੰ ਸੁਰਜੀਤ ਸਿੰਘ ਆਉਂਦੇ ਜਿਹੜਾ ਫੋਨ ਕਰਦਾ ਕਿ ਨਹੀਂਗਾ, ਇਹ ਵੀ ਪਹਿਲਾਂ ਸਵੇਰੇ ਪਹਿਲਾਂ ਪੁੱਛਦਾ ਬੱਚਾ। ਮੈਂ ਅੱਜ ਸੁਬਾਹ ਘਰ ਦੀ ਸੀ ਹੈਗਾ, ਮੈਂ ਜਰਾ ਬਾਹਰ ਨੂੰ ਗਿਆ ਸੀ 5 ਕੁ ਮਿੰਟ, ਤੂੰ ਮੁੰਡਾ ਮੇਰਾ ਅਤੇ ਮੇਰਾ ਛੋਟਾ ਬੱਚਾ ਅਤੇ ਮੇਰੀ ਬੱਚੀ ਉਹ ਭੱਜੇ ਫਿਰਨ ਲੱਭਦੇ ਫਿਰਨ, ਵੀ ਉਹ ਫੋਨ ਆਇਆ ਪਿਆ ਚਾਚੇ ਮਲਕੀਤ ਦਾ ਅਮੈਰੀਕਾ 'ਚੋਂ, ਅਤੇ ਉਹ ਕਿੱਧਰ ਗਿਆ ਅੱਬਾ? ਉਹ ਲੱਭ ਲੁੱਭ ਕੇ ਲਿਆ, ਤੂੰ ਆਉਂਦੇ ਵੀ ਅਖੇ ਸ਼ੁਕਰ ਹੈ ਜੇ ਤੂੰ ਆ ਗਿਆ ਤਾਂ। ਮੈਂ ਕੀ ਹੋਇਆ? ਉਹਨੇ ਆਖਿਆ ਤੇਰੇ ਭਰਾ ਦਾ ਫੋਨ ਆਇਆ। ਮੈਂ ਕਿਹਾ ਬੰਦ ਤਾਂ ਨਹੀਂ ਕੀਤਾ? ਆਖਿਆ ਨਹੀਂ ਬੰਦ ਕੋਈ ਨਹੀਂ ਕੀਤਾ। ਉਹ ਆਉਂਦਾ ਸੀ ਜਦੋਂ ਵੀ ਆਵੇਗਾ ਗੱਲ ਮੈਂ ਕਰਕੇ ਅੱਜ ਬੰਦ ਕਰੂੰ, ਉਹਦਾ ਚਿਰ ਮੈਂ ਨਹੀਂ ਬੰਦ ਕਰਦਾ ਫੋਨ, ਉਹਨੇ ਕੀਤਾ ਹੋਇਆ ਆਖੇ। ਉਹ ਫਿਰ ਆਉਂਦਾ ਵੀ ਤੈਨੂੰ ਲੱਭਦੇ ਫਿਰਦੇ, ਕਦੇ ਆਉਂਦੇ ਲੱਸੀ ਲੈਣ ਗਿਆ, ਅੱਜ ਲੱਸੀ ਲੈ ਆਉਂਦੀ ਸੀ। ਮੈਂ ਕਿਹਾ ਲੱਸੀ ਤਾਂ ਲੈ ਆਉਂਦੀ ਪੀਣੀ, ਉਹ ਤਾਂ ਗੱਲ ਕਰ ਮੈਂ ਪਿਆਵਾਂ ਤੈਨੂੰ। ਆਉਂਦਾ ਵਾਹਿਗੁਰੂ ਜ਼ਿੰਦਗੀ ਕਰੇ ਮੈਂ ਇੱਕ ਵਾਰੀ ਆਵਾਂਗਾ ਇੱਥੇ ਤੇਰੇ ਕੋਲ, ਲੱਸੀ ਪੀਵਾਂਗਾ ਤੁਹਾਡੇ ਆ ਕੇ ਪਿੰਡ ਦੀ। ਜੋਗਿੰਦਰ ਸਿੰਘ ਅਤੇ ਬਸੰਤ ਕੌਰ ਦਾ ਜਿਹੜਾ ਖਾਨਦਾਨ ਸੀ, ਹਾਂਜੀ, ਟੱਬਰ ਸੀ, ਹਾਂਜੀ, ਉਹਦੇ ਦੋ ਭਰਾ ਵੀ ਸੀ, ਤੁਹਾਡੇ ਭੈਣਾਂ ਵੀ ਸੀ, ਹਾਂਜੀ, ਉਹਨਾਂ ਨਾਲ ਕਿਸੇ ਨਾਲ ਤੁਹਾਡਾ ਰਾਬਤਾ ਹੋਇਆ? ਮਾਛੀ ਬੁਗਰੇ ਉੱਥੇ ਮਾਛੀ ਬੁਗਰੇ ਨਹੀਂ ਜੀ, ਉਹ ਰਹਿੰਦੇ, ਉਹ ਜਿਹੜੀ ਭੈਣ ਹੈ ਨਾ, ਉਹ ਹੈਗਾ ਕਰਾੜ ਵਾਲਾ ਪਿੰਡ ਬਠਿੰਡੇ ਤੋਂ ਅੱਗੇ, ਜੇਠੂ ਕਾ ਟੇਸ਼ਨ ਹੈ ਅਤੇ ਕਰਾੜ ਵਾਲਾ ਪਿੰਡ ਹੈ, ਉੱਥੇ ਰਹਿੰਦੇ ਨੇ। ਉਹਦੇ ਖਾਮਦ ਦਾ ਨਾਂ ਹੈਗਾ ਸੀ, ਇੱਕ ਵੱਡੇ ਦਾ ਵਰਿਆਮ ਸਿੰਘ ਸੀ ਅਤੇ ਛੋਟੇ ਦਾ ਚਰਨ ਸਿੰਘ ਸੀ, ਅਤੇ ਇਹਦਾ ਨਾਂ ਸੀ ਬਿਸ਼ਨ ਸਿੰਘ, ਜਿਹੜਾ ਵਿਆਹਿਆ ਸੀ ਨਾ ਮੇਰੀ ਭੈਣ ਦੇ ਨਾਲ, ਇਹਦਾ ਨਾਂ ਬਿਸ਼ਨ ਸਿੰਘ ਸੀ, ਅਤੇ ਇਹ ਤੋਂ ਛੋਟਾ ਜਿਹੜਾ ਸੀ ਉਹਦਾ ਨਾਂ ਚਰਨ ਸਿੰਘ ਸੀ। ਇਹ ਕਰਾੜ ਵਾਲੇ ਪਿੰਡ 'ਚ ਰਹਿੰਦੇ ਨੇ, ਜ਼ਿਲ੍ਹਾ ਬਠਿੰਡਾ, ਅਤੇ ਕਰਾੜ ਵਾਲਾ ਪਿੰਡ ਅਤੇ ਜੇਠੂ ਕਾ ਟੇਸ਼ਨ ਲੱਗਦਾ ਇਹਨਾਂ ਨੂੰ, ਅਤੇ ਰਾਮਪੁਰਾ ਫੂਲ ਜਿਹੜੀ ਉਹ ਇਹਨਾਂ ਨੂੰ ਲੱਗਦੀ ਮੰਡੀ, ਜਿਣ ਸੋਥੇ ਰਾਮਪੁਰੇ ਫੂਲ ਆ ਕੇ ਵੇਚਦੇ ਨੇ। ਤੁਹਾਡੀ ਉਸ ਭੈਣ ਦਾ ਨਾਂ ਕੀ ਸੀ ਜਿਹੜੀ ਇੱਥੇ ਵਿਆਹੀ ਸੀ ਕਰਾੜ ਵਾਲੇ? ਉਹਦਾ ਨਾਂ ਪੂਰੋ ਉਹਨੂੰ ਆਉਂਦੇ ਸੀ, ਅਤੇ ਸਪੂਰਨ ਕੌਰ ਸੀ ਉਹਦਾ ਨਾਂ। ਅੱਛਾ ਅੱਛਾ ਅੱਛਾ, ਯਾਨੀ ਹੁਣ ਜਿਹੜਾ ਤੁਸੀਂ ਹੁਣ ਨਿਸ਼ਾਨੀਆਂ ਦੱਸੀਆਂ ਨਾ, ਹਾਂਜੀ, ਇਹਦੇ ਤੋਂ ਜ਼ਰੂਰ ਇਹ ਵੀਡੀਓ ਕਰਾੜ ਵਾਲੇ ਪਹੁੰਚੇਗੀ। ਹਾਂਜੀ, ਔਰ ਉਹ ਜਿਹੜੀ ਤੁਹਾਡੀ ਭੈਣ ਉੱਥੇ ਸੀ ਸਪੂਰਨ ਕੌਰ, ਹਾਂਜੀ, ਉਹਦੇ ਜਿਹੜੀ ਅਗਾਂਹ ਆਲ ਔਲਾਦ ਹੈ, ਹਾਂਜੀ, ਉਹਦੇ ਤੱਕ ਇਹ ਜ਼ਰੂਰ ਅੱਪੜ ਜਾਏਗੀ। ਹਾਂਜੀ, ਔਲਾਦ ਕੋਲ ਅੱਪੜ ਜਾਏਗੀ। ਸਹੀ ਹੈ। ਵੈਸੇ ਕੀ ਕਹਿੰਦੇ ਨੇ ਵੀ ਮਾਛੀ ਬੁਗਰੇ ਤੋਂ ਉਹ ਫੈਮਿਲੀ ਉੱਠ ਗਈ ਸੀ ਸਾਰੀ? ਹਾਂਜੀ, ਮੇਰੇ ਹੁੰਦਿਆਂ ਉੱਠ ਗਈ ਸੀ ਉੱਥੋਂ। ਉੱਠ ਗਈ ਸੀ? ਹਾਂਜੀ, ਉਹ ਚਲੇ ਗਏ ਸੀ ਮੋਗੇ, ਮੋਗੇ ਚਲੇ ਗਏ, ਅਤੇ ਉੱਥੇ ਫਿਰ ਮੈਨੂੰ ਮੋਗੇ ਪੜ੍ਹਾਇਆ ਉਹਨਾਂ ਨੇ, 3 ਜਮਾਤਾਂ ਜਾ ਕੇ ਉੱਥੇ ਪੜ੍ਹਾਇਆ, ਮੈਂ 7 ਜਮਾਤਾਂ ਪੜ੍ਹ ਕੇ ਆਇਆ ਉੱਥੋਂ। ਅੱਛਾ ਅੱਛਾ, ਅਤੇ ਉਹ ਉਦੋਂ ਮੰਡੀ ਦਾ ਕੰਮ ਕਰ ਲਾ ਪਏ ਵੀ ਗੋਭੀ ਵੱਢਣੀ, ਅਤੇ ਉਹਨਾਂ ਦੇ ਸਾਈਡਾਂ ਤੋੜ ਕੇ ਅਤੇ ਫੁੱਲ ਜਿਹੜੇ ਟੋਕਰਿਆਂ 'ਚ ਲਾ ਕੇ ਨਾ, ਅਤੇ ਸ਼ਾਮ ਨੂੰ ਗੱਡੇ 'ਤੇ ਮੰਡੀ 'ਚ ਘੱਲਦੇ ਹੁੰਦੇ ਸੀ,
ਤੇ ਜਾਂ ਆਲੂ ਬੀਜਦੇ ਸੀ ਤੇ ਆਲੂਆਂ ਤੇ ਜਿਹੜੀ ਲੇਬਰ ਲਾਈ ਹੁੰਦੀ ਸੀ ਉਹਨਾਂ ਨੇ 3 ਵਜੇ ਚਾਹ ਪਕਾਉਣੀ ਤੇ ਆਲੂ ਉਬਾਲ ਲੈਣੇ ਤੇ ਛਿੱਲ ਕੇ ਨਾ ਆਲੂ ਚਾਹ ਦੇ ਨਾਲ ਆਲੂ ਖਾਣੇ। ਅੱਛਾ। ਤੇ ਮੈਂ ਵੇਖਣਾ ਤੇ ਮੇਰੇ ਪਿਓ ਨੇ ਮੈਨੂੰ ਆਖਣਾ ਪੁੱਤ ਤੂੰ ਇੱਧਰ ਨਾ ਵੇਖ ਸਰਦੀਆਂ ਦੇ ਵਿੱਚ ਨਾ ਉਹਨੇ ਤਿਲ ਲੈ ਆਉਣੇ ਤਿਲ ਤਿਲ ਲਿਆ ਕੇ ਨਾ ਤੂੰ ਸੁਬਹਾ ਸੱਕਰ ਦੇ ਵਿੱਚ ਰਲਾ ਕੇ ਤੇ ਠੰਡ ਤੋਂ ਮੈਨੂੰ ਤਿਲ ਨਿਰਣੇ ਕਾਲ ਜੇ ਪਹਿਲਾਂ ਇੰਨੇ ਨੇ ਖਵਾਉਣੇ ਜੋਗਿੰਦਰ ਸਿੰਘ ਨੇ ਤੇ ਉਦੋਂ ਬਾਅਦ ਉਹਨੇ ਲੈ ਹੁਣ ਨਾਸ਼ਤਾ ਕਰ ਲਈ 9-10 ਵਜੇ ਇਹ ਤਿਲ ਖਾ ਲਏ ਨੇ ਨਾ ਇਹ ਤੈਨੂੰ ਠੰਡ ਨਹੀਂ ਲੱਗਣ ਦੇਣਗੇ। ਅੱਛਾ। ਮੈਂ ਕਿਹਾ ਠੀਕ ਹੈ। ਇਹ ਮਾਮੇ ਦੇ ਹੱਥੀ ਆਉਣਾ ਸੀ ਤੇ ਦਿੱਲੀਓਂ ਵਾਪਸ ਆ ਗਿਆ ਤੇ ਇਹਦੇ ਮੈਂ ਮੋਹਾੜ ਆਇਆ ਨਹੀਂ ਤੇ ਮੈਂ ਦਿੱਲੀਓਂ ਪਰਾਂ ਚਲਾ ਜਾਂਦਾ ਨਾ ਜਿਵੇਂ ਮੈਂ ਜਾਂਦਾ ਪਿਆ ਸੀ ਨਾ ਮੈਨੂੰ ਨਾ ਮੋੜ ਦਿਓ ਜਿਹੜੇ ਫੌਜੀ ਸਿਪਾਹੀ ਸੀ ਰੰਗਰੂਟੀ ਕਰਕੇ ਆਏ ਤੇ ਮੈਂ ਮਾਮੇ ਨੂੰ ਨਹੀਂ ਸੀ ਲੱਭਣਾ ਮੈਂ ਤੇ ਚੱਲਿਆ ਸੀ ਆਪਦੇ ਭਰਾ ਕੋਲ ਮੇਰਾ ਭਰਾ UPCP ਦੇ ਵਿੱਚ ਛੁੱਟੀ ਆਇਆ ਸੀ ਆਪਦੇ ਸਹੁਰਿਆਂ ਦੇ ਕੋਲ ਉਹ ਵੱਜਦੀ ਕਿਰਕੀ ਪੂਨਾ ਜਿੱਥੋਂ ਰਹਿੰਦਾ ਸੀ ਹਾਂਜੀ ਬੂੰਦੀ ਕੋਟਾ ਵੱਜਦਾ ਸ਼ਹਿਰ ਕੋਟਾ ਵੱਖਰਾ ਤੇ ਬੂੰਦੀ ਵੱਖਰੀ ਹੈ ਬੂੰਦੀ ਸ਼ਹਿਰ ਦੇ ਕੋਲ ਪੈਲੀਆਂ ਪਈਆਂ ਨੇ ਬੜੀਆਂ ਖੁੱਲੀਆਂ ਡੁੱਲੀਆਂ ਉਹਦੇ ਸਹੁਰੇ ਉੱਥੇ ਰਹਿੰਦੇ ਸੀ ਤੇ ਉਹ ਤਾਂ ਮੇਰੀ ਮੰਗਣੀ ਵੀ ਉੱਥੇ ਕਰਨ ਨੂੰ ਫਿਰਦਾ ਸੀ ਆਪਦੀ ਸਾਲੀ ਨਾਲ ਤੇ ਉਹ ਮੈਨੂੰ ਆਉਂਦਾ ਵੀ ਇਹਨਾਂ ਦੋਵਾਂ ਦੇ ਵਿੱਚੋਂ ਜਿਹੜੀ ਤੂੰ ਪਸੰਦ ਕਰੇ ਨਾ ਉਹ ਨਾ ਮੈਂ ਤੇਰੀ ਸ਼ਾਦੀ ਕਰ ਦਊਗਾ। ਉਹ ਕਿਹੜੀ ਜਗ੍ਹਾ ਰਹਿੰਦੀ ਸੀ ਜਿੰਦਰਾ ਤੁਹਾਡੀ ਮੰਗਣੀ ਹੋਣ ਲੱਗੀ ਸੀ? ਉਹ ਜੀ ਬੂੰਦੀ ਕੋਟੇ ਰਹਿੰਦੀ ਜਿੱਥੇ ਸਹੁਰੇ ਉਹਦੇ ਸੀ ਨਾ ਮੇਰੇ ਭਰਾ ਦੇ ਉਹਦੀ ਸਾਲੀ ਸੀ ਉਹ। ਨਹੀਂ ਉਹਨਾਂ ਦਾ ਪਿੰਡ ਦਾ ਪਤਾ ਕਿ ਪਿੰਡ ਕਿਹੜਾ ਸੀ ਮਹੱਲਾ ਕਿਹੜਾ ਸੀ ਅੱਗੇ? ਉਹਨਾਂ ਨਮਾਣਾ ਸ਼ਹਿਰ ਲੱਗਦਾ ਸੀ ਨਮਾਣਾ ਸ਼ਹਿਰ ਤੇ ਉਹ ਜਿਹਾ ਨਮਾਣਾ ਸ਼ਹਿਰ ਸੀ ਨਾ ਉਧਰਲੇ ਪਾਸੇ ਵੱਡੇ ਵੱਡੇ ਦਰਖਤ ਸੀ ਇਹਦੇ ਚੀਰ ਦੇ ਤੇ ਜਾਂ ਆਲੂ ਅੰਬਲੀ ਦੇ ਦਰਖਤ ਸੀ ਤੇ ਉਹਨਾਂ ਦੇ ਉੱਤੇ ਲੰਗੂਰ ਰਹਿੰਦੇ ਸੀ ਮੂੰਹ ਕਾਲਾ ਸੀ ਤੇ ਪਿਛਲਾ ਹਿੱਸਾ ਬਾਂਦਰਾਂ ਰੰਗਾ ਸੀ ਤੇ ਜਦੋਂ ਬੰਦਾ ਲੰਘਦਾ ਸੀ ਨਾ ਮਕਈ ਉੱਥੇ ਬੜੀ ਹੁੰਦੀ ਸੀ ਜਦੋਂ ਬੰਦਾ ਲੰਘਦਾ ਸੀ ਨਾ ਉਦੋਂ ਬੰਦੇ ਨੂੰ ਵੇਖ ਕੇ ਉਹ ਪਾਲੀਆਂ ਬੰਨ੍ਹ ਕੇ ਜਿਵੇਂ ਨਿਆਣੇ ਬੱਚੇ 'ਚ ਲਾਈਨ 'ਚ ਬਹਾ ਕੇ ਬੱਚਿਆਂ ਨੂੰ ਚਾਵਲ ਖਵਾਈਦੇ ਨਾ ਇਸ ਤਰ੍ਹਾਂ ਬਹਿ ਜਾਂਦੇ ਜਦੋਂ ਬੰਦਾ ਨੇੜੇ ਚਲਾ ਜਾਂਦਾ ਉਦੋਂ ਇੰਨਾ ਰਸਤਾ ਵਿੱਚੋਂ ਛੱਡ ਦਿੰਦੇ ਵੀ ਬੰਦਾ ਲੰਘ ਜਾਵੇ ਗਲ ਗੁਲ ਨਹੀਂ ਪੈਂਦੇ ਕਿਸੇ ਦੇ ਵੀ। ਉਹ ਸ਼ਾਦੀ ਜਿਹੜੀ ਤੁਹਾਡੀ ਹੋਣ ਲੱਗੀ ਸੀ ਜਿਹੜਾ ਤੁਹਾਡਾ ਵੱਡਾ ਭਰਾ ਸੀ ਫਕੀਰ ਸਿੰਘ ਤੁਹਾਡੀ ਸ਼ਾਦੀ ਕਰਾਉਣ ਲੱਗਿਆ ਸੀ ਆਪਣੀ ਸਾਲੀ ਦੇ ਨਾਲ? ਹਾਂਜੀ ਉਹ ਫੌਜੀ ਸੀ ਫਕੀਰ ਸਿੰਘ ਜਿਹੜਾ ਇਹ। ਅੱਛਾ। ਉਹ ਤੁਸੀਂ ਕੁੜੀ ਵੇਖੀ ਸੀ? ਕੁੜੀ ਮੈਂ ਵੇਖੀ ਮੈਂ ਉਹਨਾਂ ਕੋਲ ਮਹੀਨਾ ਰਹਿ ਕੇ ਆਇਆ ਮੇਰਾ ਬਾਪੂ ਵੀ ਜੀਂਦਾ ਸੀ ਉਦੋਂ ਅਸੀਂ ਉਹਨਾਂ ਦੇ ਕੋਲ ਰਹਿ ਕੇ ਆਏ ਮਹੀਨਾ ਮਹੀਨੇ ਬਾਅਦ ਬਾਪੂ ਨੇ ਆਖਿਆ ਮੇਰਾ ਦਿਲ ਲੱਗਦਾ ਆਪਾਂ ਪਿਛਾਂ ਚੱਲ ਗਏ। ਅੱਛਾ। ਮੇਰੇ ਭਰਾ ਨੇ ਮੁਤਾਲਬਾ ਕੀਤਾ ਉਹਨੇ ਆਖਿਆ ਵੀ ਤੁਸੀਂ ਰਹੋ ਇੱਥੇ ਤੂੰ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰ ਲਾ। ਤੁਹਾਨੂੰ ਕਿਹਾ? ਮੈਨੂੰ ਆਖਿਆ। ਮੈਂ ਆਖਿਆ ਵੀ ਕੰਮ ਮੈਂ ਕਿਹੜਾ ਕਰੂੰਗਾ? ਉਹਨੇ ਆਖਿਆ ਤੈਨੂੰ ਜ਼ਮੀਨ ਹੈਗੀ ਹੈ ਜ਼ਮੀਨ ਤੇ ਟਰੈਕਟਰ ਲੈ ਦਿੰਦਾ ਤੂੰ ਜ਼ਮੀਨ ਵਾਹੀ ਜਾ ਟਰੈਕਟਰ ਨਾਲ ਨੌਕਰ ਰੱਖ ਲਾ। ਮੈਂ ਆਖਿਆ ਵੀ ਅੱਛਾ ਬਾਪੂ ਨੂੰ ਪੁੱਛਦਾ ਬਾਪੂ ਨੂੰ ਪੁੱਛਿਆ ਉਹਨੇ ਆਖਿਆ ਨਹੀਂ ਤੂੰ ਅਸੀਂ ਨਹੀਂ ਵਾਹੀ ਕਰਨੀ ਇੱਥੇ। ਉਹਨੇ ਆਖਿਆ ਚੱਲ ਫਿਰ ਤੂੰ ਸਪੀਕਰ ਬਣਾ ਲਾ ਵਿਆਹਾਂ ਸ਼ਾਦੀਆਂ ਦੇ ਸਪੀਕਰ ਵਜਾ ਦਿਆ। ਅੱਛਾ ਜੀ। ਉਹ ਬਾਪੂ ਨੇ ਆਖਿਆ ਨਹੀਂ ਨਹੀਂ ਸਪੀਕਰ ਅਸੀਂ ਨਹੀਂ ਵਜਾਉਂਦੇ ਭਾਈਆ ਉੱਥੇ ਕੋਈ ਉਹਨਾਂ ਦਾ ਆਹ ਗਾਣਾ ਲਾ ਕੋਈ ਉਹਦਾ ਆਹ ਗਾਣਾ ਲਾ ਜਿਹਦੇ ਆਖੇ ਲੱਗੇ ਉਹ ਠੀਕ ਹੈ ਦੂਸਰੇ ਨੇ ਪਾਸੇ ਮੂੰਹ ਕਰਕੇ ਗਾਲਾਂ ਕੱਢੀ ਜਾਣੀਆਂ ਇਹ ਨਹੀਂ ਕੰਮ ਕਰਨਾ। ਉਹਨੇ ਆਖਿਆ ਚੱਲ ਇਹ ਵੀ ਨਹੀਂ ਕੰਮ ਕਰਨਾ ਤੇ ਭਰਜਾਈ ਤੇਰੀ ਜਿਹੜੀ ਹੈ ਇਹ ਕੱਪੜੇ ਸੀਂਦੀ ਹੈ ਇਹਦੇ ਕੋਲ ਕੱਪੜੇ ਸੀਨ ਦਾ ਵੱਲ ਸਿੱਖ ਲਾ ਆਪਦੇ ਤੇ ਬਾਪੂ ਦੇ ਕੱਪੜੇ ਸੀ ਕੇ ਇਹਨਾਂ ਨੂੰ ਪਾਈ ਰੱਖੇ ਹੋਰ ਕੀ ਖਰਚਾ ਜਿੰਨਾ ਚਾਹੀਦਾ ਮੈਥੋਂ ਲਈ ਜਾਇਆ ਜੇ ਆਪਦੇ ਕੱਪੜੇ ਆਪੇ ਸੀ ਕੇ ਆਪਦੀ ਪਸੰਦ ਦੇ ਪਾਈ ਰੱਖਿਆ ਜੇ। ਮੈਂ ਆਖਿਆ ਬਾਪੂ ਫਿਰ ਆਪਾਂ ਮਸ਼ੀਨ ਲੈ ਲਈਏ ਕੱਪੜੇ ਸੀਵਣ ਵਾਲੀ ਤੇ ਉਹ ਪਾ ਦਾ ਵੀ ਤੁਸੀਂ ਆਪਦੇ ਕੱਪੜੇ ਸੀ ਕੇ ਆਪੇ ਪਾਇਆ ਜੇ। ਬਾਪੂ ਕਹਿੰਦਾ ਨਹੀਂ ਯਾਰ ਆਪਾਂ ਪੰਜਾਬ ਨੂੰ ਚੱਲੀਏ ਇੱਥੇ ਦਿਲ ਨਹੀਂ ਲੱਗਦਾ। ਮੈਂ ਕਿਹਾ ਵੀ ਤਮਾਕੂ ਨਮਾਣੇ ਸ਼ਹਿਰ ਹੋ ਮੈਂ ਤੈਨੂੰ ਲਿਆ ਦਿੰਦਾ ਪੀ ਤੂੰ ਲੈਂਦਾ ਹੈਂ ਤੇ ਪਾਣੀ ਲਿਆਉਣਾ ਪੈਂਦਾ ਦੂਰ ਮੁੰਨਾ ਲਿਆਉਣਾ ਆਪਾਂ ਕਿਹੜਾ ਲਿਆ ਕੇ ਦੇਣਾ ਤੇ ਪਾਣੀ ਰਾਤ ਆਪਾਂ ਪੀਣਾ ਹੀ ਹੈ ਤੇ ਨਹਾਉਣਾ ਤੇ ਨਹਾਉਣ ਵਾਸਤੇ ਮੈਂ ਕਿਹਾ ਨਦੀ ਵਗਦੀ ਹੈ ਪੱਥਰ ਸੀ ਥੱਲੇ ਏਡੇ ਏਡੇ ਉੱਤੋਂ ਦੀ ਪਾਣੀ ਜਾਂਦਾ ਸਾਫ ਜਿਵੇਂ ਖੂਹ ਦਾ ਪਾਣੀ ਹੁੰਦਾ ਗੰਦਲਿਆ ਪਾਣੀ ਨਹੀਂ ਸੀ ਹੁੰਦਾ ਸਾਫ ਪਾਣੀ ਸੀ। ਅੱਛਾ। ਤੇ ਮੈਂ ਕਿਹਾ ਪਾਣੀ ਨਹਾ ਆਪਾਂ ਉੱਥੋਂ ਆਉਂਦੇ ਹਾਂ ਪਾਣੀ ਪੀਣ ਨੂੰ ਘੜੇ ਆਪੇ ਭਰ ਲਿਆਉਂਦੀਆਂ ਨੇ ਆਉਂਦਾ ਯਾਰ ਤੈਨੂੰ ਉਹਦੇ ਨਾਲ ਜਾਇਆ ਕਰ ਤੇ ਤੂੰ ਨਾਲ ਜਾਂਦਾ ਉੱਥੇ। ਮੈਂ ਕਿਹਾ ਮੈਂ ਨਾਲ ਜਾਂਦਾ ਮੈਂ ਕਿਹੜਾ ਲੱਜ ਖਿੱਚਣਾ ਉਹ ਝੋਟਾ ਜੋੜਿਆ ਹੁੰਦਾ ਕੋਈ ਫੱਟੀ ਪਾਈ ਹੁੰਦੀ ਫੱਟੀ 'ਚ ਬੰਦਾ ਬਹਿ ਕੇ ਝੋਟੇ ਨੂੰ ਅੱਕਦਾ ਉਹ ਫੱਟ ਝੋਟਾ ਤੁਰਿਆ ਜਾਂਦਾ ਜਦੋਂ ਬੋਕਾ ਤਾਂ ਆਉਂਦਾ ਦੋ ਬੰਦੇ ਫੜਨ ਵਾਲੇ ਨੇ ਬੋਕਾ ਉਹ ਫੜ ਕੇ ਘੜੇ 3-4 ਭਰ ਦਿੰਦੇ ਨੇ ਉਹ ਬੁੜੀਆਂ ਚੁੱਕ ਕੇ ਤੁਰ ਪੈਂਦੀਆਂ ਨੇ। ਉਹ ਫਿਰ ਥੋੜ੍ਹੀ ਜਿਹੀ ਗੱਲ ਤੋਂ ਮੁਖਾਲਫਤ ਬਾਪੂ ਦੀ ਪੈ ਗਈ ਉਹਨਾਂ ਤੋਂ ਜਿਸ ਗੱਲ ਤੋਂ ਮੈਨੂੰ ਨਹੀਂ ਉਹਨੇ ਰਹਿਣ ਦਿੱਤਾ ਉੱਥੇ। ਅੱਛਾ। ਉਹ ਜਿਹੜੀ ਜਿਹਨਾਂ ਨਾਲ ਮੇਰੀ ਸ਼ਾਦੀ ਕਰਨ ਨੂੰ ਮੇਰਾ ਭਰਾ ਫਿਰਦਾ ਸੀ ਨਾ ਉਹ ਲੱਗ ਪਈ ਸ਼ਰਾਰਤਾਂ ਕਰਨ ਉਹ ਤੁਹਾਡਾ ਭਲਾ ਹੋ ਜਾਵੇ ਉਹ ਸ਼ਰਾਰਤਾਂ ਕਰਿਆ ਕਰੇ ਤਾਂ ਵੀ
ਜੇਬ ਦੇ ਵਿੱਚ ਨਿੱਕੀਆਂ ਨਿੱਕੀਆਂ ਡਲੀਆਂ ਪਾ ਦਿਆ ਕਰੇ ਮਿੱਟੀ ਦੀਆਂ ਅਤੇ ਆਖਿਆ ਕਰੇ ਸਾਡੇ ਨਾਲ ਚੱਲ ਬੁੜੀਆਂ ਇਹ ਚੱਲੀਆਂ ਨੇ ਅਤੇ ਤੂੰ ਮੁੰਡਾ ਖੁੰਡਾ ਨਾਲ ਬੰਦਾ ਜਾਊਗਾ ਤਾਂ ਚੰਗਾ ਹੁੰਦਾ ਅਤੇ ਪੰਧ ਵਾਹਵਾ ਹੈਗਾ ਇਹ ਫਰਲਾਂਗ ਇੱਕ ਅੱਛਾ ਉਹ ਮੈਂ ਨਾਲ ਚਲੇ ਜਾਣਾ ਉਹਨੇ ਰਾਹ ਦੇ ਵਿੱਚ ਜਾਂਦਿਆਂ ਨਾ ਰੋੜੀਆਂ ਮੇਰੀ ਕੰਡ ਦੇ ਪਿੱਛੋਂ ਮਾਰਨੀਆਂ ਤਾਂ ਜੇ ਉਹਨੇ ਹੈ ਨਾ ਉਹਨੇ ਮਾਰੀ ਮੈਂ ਤਾਂ ਨਹੀਂ ਮਾਰੀ ਦੂਜੇ ਨੇ ਹੈ ਨਹੀਂ ਉਹਨੇ ਮਾਰੀ ਮੈਂ ਨਹੀਂ ਮਾਰੀ ਉਹਨਾਂ ਦੀਆਂ ਸ਼ਰਾਰਤਾਂ ਵੇਖ ਕੇ ਜਦੋਂ 15 ਕੁ ਦਿਨ ਹੋ ਗਏ ਸਾਨੂੰ ਗਿਆ ਨੂੰ ਉੱਥੇ ਤਾਂ ਮੈਂ ਵੀ ਭੇਤੀ ਹੋ ਗਿਆ ਉਹਨਾਂ ਦਾ ਮੈਂ ਉਹ ਡੀਕਰੀਆਂ ਟੁੱਟਿਆਂ ਭਾਂਡਿਆਂ ਦੀਆਂ ਚੁੱਕਣੀਆਂ ਸ਼ੁਰੂ ਕਰਤੀਆਂ ਅੱਛਾ ਮੈਂ ਉਹ ਜੇ ਭਰ ਲੈਣੀ ਜਦੋਂ ਉਹਨਾਂ ਨੇ ਘੜੇ ਭਰ ਕੇ ਤੁਰਨਾ ਅੱਗੇ ਉਹਨਾਂ ਨੂੰ ਲਾਲੜਾ ਮਗਰੋਂ ਮੈਂ ਡੀਕਰੀਆਂ ਮਾਰਨੀਆਂ ਘੜਿਆਂ 'ਚ ਉਹ ਤਕਦੀਰ ਦੇ ਸੌਦੇ ਇੱਕ ਪੱਕਾ ਰੋੜਾ ਸੀ ਉਹ ਘੜੇ ਦੇ ਵਿੱਚ ਵੱਜ ਗਿਆ ਉਸ ਕੁੜੀ ਦੇ ਉਹ ਪਾਣੀ ਜੋ ਲੱਗਾ ਵਗਲ ਉਹਨੇ ਘੜਾ ਪਵਾ ਕੇ ਮਾਰਿਆ ਉਹ ਘੜਾ ਟੁੱਟ ਗਿਆ ਵਿਹਲੀ ਘਰ ਨੂੰ ਆ ਗਈ ਉਹ ਮਾਂ ਪਿਓ ਨੇ ਪੁੱਛਿਆ ਵੀ ਘੜਾ ਕਿੱਥੇ ਹੀ ਪਾਣੀ ਆ ਉਹਨੇ ਆਹ ਘੜਾ ਟੁੱਟ ਗਿਆ ਹੈ ਕਿਵੇਂ ਉਹਨੇ ਆਹ ਠੁੱਡ ਠੇਡਾ ਵੱਜਿਆ ਅਤੇ ਉਹ ਘੜਾ ਟੁੱਟ ਗਿਆ ਉਹਦੇ ਇੱਕ ਬੁੜੀ ਹੈਗੀ ਸੀ ਬੜੀ ਚਾਲਬਾਜ਼ ਜੀ ਉਹਨੇ ਆ ਕੇ ਬਿਆਨ ਦਿੱਤੇ ਉਹਨੇ ਆਖਿਆ ਨਹੀਂ ਇਹਦਾ ਬ੍ਰਾਹਮਣ ਆਇਆ ਨਾ ਤੁਹਾਡੇ ਘਰ ਇਹ ਮਗਰੋਂ ਨਿਸ਼ਾਨੇ ਪਕਾਉਣ ਦਾ ਘੜਿਆ ਅਤੇ ਇਹਨੇ ਘੜਾ ਤੋੜਿਆ ਜੇ ਉਹ ਜਿਹੜਾ ਹੈਗਾ ਸੀ ਸਹੁਰਾ ਸਾਹਿਬ ਮੇਰਾ ਬਾਨਾ ਉਹ ਆਉਂਦਾ ਉਹ ਕਾਕਾ ਏਡੀ ਬੇਵਕੂਫੀ ਨਾ ਕਰਿਆ ਕਰ ਤੂੰ ਸ਼ਰਾਰਤਾਂ ਕਰਨਾ ਰੋੜੇ ਮਾਰਨਾ ਘੜਿਆਂ ਦੇ ਵਿੱਚ ਖਬਰਦਾਰ ਰੋੜੇ ਦਾ ਮਾਰੀ ਮੈਂ ਕਿਹਾ ਅੱਛਾ ਉਹ ਬਾਪੂ ਨੂੰ ਇਹ ਗੱਲ ਭੈੜੀ ਲੱਗੀ ਮੈਂ ਫਿਰ ਉਹਨਾਂ ਦੀ ਮਕਈ ਹੈਗੀ ਸੀ ਉੱਥੇ ਜਾ ਕੇ ਅਤੇ ਨਿੰਮ ਅਤੇ ਉਹਦੇ ਭਰਾ ਨੂੰ ਛੋਟੇ ਨੂੰ ਲਿਆ ਨਾਲ ਅਤੇ ਮੈਂ ਉੱਥੇ ਜਾ ਕੇ ਅਤੇ ਨਿੰਮ 'ਤੇ ਬਹਿ ਗਿਆ ਮਕਈ ਦੇ ਕੋਲ ਅਸੀਂ ਸ਼ਾਮ ਤਾਂ ਹੀ ਨਾ ਆਏ ਉਹ ਲੱਭਦਿਆਂ ਕੋਈ ਕਿਸੇ ਪਾਸੇ ਨੂੰ ਗਿਆ ਕੋਈ ਕਿਸੇ ਪਾਸੇ ਨੂੰ ਉਹ ਮੈਂ ਹੀ ਲੱਭ ਕੇ ਨਿੰਮ ਦੇ ਉੱਤੇ ਚੜ੍ਹ ਕੇ ਬੈਠੇ ਹੋਏ ਮਕਈ ਦੀ ਰਾਖੀ ਉਹ ਆਉਂਦੇ ਬਈ ਘਰ ਨੂੰ ਚਲੋ ਤੁਸੀਂ ਰੋਟੀ ਰਾਟੀ ਨਹੀਂ ਖਾਣੀ ਅਸੀਂ ਆ ਖਾਣੀ ਉੱਧਰ ਜਵਾਰ ਬੜੀ ਹੁੰਦੀ ਹੈ ਜਵਾਰ ਦੀਆਂ ਸਿਆਲ 'ਚ ਰੋਟੀਆਂ ਖਾਂਦੇ ਨੇ ਅਤੇ ਅੱਲਾਂ ਹੁੰਦੀਆਂ ਨੇ ਕੱਦੂਆਂ ਰੀਆਂ ਜਿਹੜੀਆਂ ਲੰਮੀਆਂ ਠੀਕ ਹੈ ਉਹ ਅੱਲਾਂ ਦਾ ਸਾਲਣ ਪਕਾਉਂਦੇ ਨੇ ਜਾਂ ਕੱਦੂਆਂ ਦਾ ਪਕਾਉਂਦੇ ਜਾਂ ਅੱਲਾਂ ਦਾ ਸਿਆਲ 'ਚ ਸਾਲਣ ਪਕਾਉਂਦੇ ਨੇ ਅਤੇ ਜਵਾਰ ਦੀਆਂ ਰੋਟੀਆਂ ਪਕਾਉਂਦੇ ਨਾਲ ਉਹ ਬਾਪੂ ਆਉਂਦਾ ਜੀ ਮੈਂ ਤਾਂ ਜਵਾਰ ਦੀਆਂ ਰੋਟੀਆਂ ਖਾ ਖਾ ਕੇ ਅਤੇ ਮੇਰਾ ਤਾਂ ਢਿੱਡ ਜਿਹੜਾ ਕਦੇ ਗਿਆ ਸਖਤ ਹੁੰਦਾ ਜਾਂਦਾ ਅਤੇ ਹੁਣ ਚੱਲੀਏ ਮੈਂ ਕਿਹਾ ਬਾਪੂ ਇਹ ਹੁਣ ਭਰਾ ਆਉਂਦਾ ਵੀ ਤੁਸੀਂ ਰਵੋ ਜਿੰਨਾ ਖਰਚਾ ਚਾਹੀਦਾ ਲਵੋ ਜੋ ਕੁਛ ਤੁਸੀਂ ਖਾਣਾ ਉਹ ਗੱਲ ਕਰੋ ਉਹ ਬਾਪੂ ਨੂੰ ਉਹਨੇ ਆਖਿਆ ਵੀ ਮੈਂ ਤੈਨੂੰ ਨਿਮਾਣਿਓਂ ਸ਼ਹਿਰੋਂ ਲਿਆ ਦੇਣਾ ਆਟਾ ਕਣਕ ਦਾ ਤੁਸੀਂ ਉਹ ਖਾਧੀ ਜਾਇਆ ਜੇ ਨਾ ਉਹਦੇ ਸਹੁਰੇ ਨੇ ਆਖਿਆ ਨਹੀਂ ਨਹੀਂ ਕਣਕ ਘਰ ਪਈ ਹੈ 5 ਬੋਰੀਆਂ ਤੁਸੀਂ ਘਰੋਂ ਦਾਣੇ ਲਿਜਾ ਕੇ ਪਿਆ ਲਿਆਓ ਪਰ ਦਾਣੇ ਜਾਂ ਤਾਂ ਚੱਕੀ ਦੇ ਪੀਣੇ ਪੈਂਦੇ ਸੀ ਘਰ ਛੋਟੀ ਚੱਕੀ ਜਿਹੜੀ ਹੱਥ ਵਾਲੀ ਹੁੰਦੀ ਹੈ ਅਤੇ ਜਾਂ ਨਿਮਾਣੇ ਲੈ ਕੇ ਜਾਣੇ ਪੈਂਦੇ ਉਹ 1.5 ਮੀਲ ਪੈਂਦਾ ਸੀ ਆ ਕਿਲੋਮੀਟਰ ਠੀਕ ਹੈ ਉੱਥੋਂ ਜਾ ਕੇ ਪਿਆ ਕੇ ਲਿਆਉਣੇ ਪੈਂਦੇ ਸੀ ਸੌਦਾ ਜਿਹੜਾ ਵੀ ਉੱਥੋਂ ਨਿਮਾਣੇ ਸ਼ਹਿਰੋਂ ਲਿਆਉਣਾ ਪੈਂਦਾ ਸੀ ਨਿਮਾਣਾ ਸ਼ਹਿਰ ਵੱਜਦਾ ਸੀ ਠੀਕ ਹੈ ਅਤੇ ਉੱਥੋਂ ਜਾਂਦੇ ਸੀ ਲੈਣ ਉਹ ਅਤੇ ਬਾਪੂ ਦਾ ਤਮਾਕੂ ਲੈਣ ਤਾਂ ਮੈਨੂੰ ਹੀ ਕਰਦਾ ਵੀ ਜਾ ਪੁੱਤ ਤਮਾਕੂ ਲੈ ਆ ਰਾਹ ਦੇ ਵਿੱਚ ਭਾਵੇਂ ਬਾਹਰ ਦਾ ਬਿੱਲਾ ਟੱਕਰੇ ਅਤੇ ਭਾਵੇਂ ਸੱਪ ਟੱਕਰੇ ਅਤੇ ਭਾਵੇਂ ਗੱਲਾਂ ਔਰ ਦੂਜੇ ਬੰਦ ਲੰਗੂਰ ਟੱਕਰਦਾ ਮੈਂ ਤੁਰਿਆ ਜਾਂਦਾ ਮੈਂ ਭੇਤੀ ਹੋ ਗਿਆ ਵੀ ਹੁਣ ਨਹੀਂ ਕੁਛ ਵੀ ਲੰਗੂਰ ਲੰਗਾਰ ਆਉਂਦੇ ਅਤੇ ਨਾ ਸੱਪ ਹੀ ਕੁਛ ਆਉਂਦਾ ਸੱਪ ਰਾਹ ਦੇ ਉੱਤੇ ਇਸ ਤਰ੍ਹਾਂ ਕਰਕੇ ਬੈਠੇ ਹੁੰਦੇ ਏਡੇ ਏਡੇ ਮੋਟੇ ਜਦੋਂ ਇਸ ਤਰ੍ਹਾਂ ਪੈਰ ਦਾ ਖੜਕਾ ਕਰਨਾ ਉਹਨਾਂ ਨੇ ਚੁੱਪ ਕਰਕੇ ਇੱਕ ਸਾਈਡ 'ਤੇ ਹੋ ਜਾਣਾ ਬੰਦਾ ਲੰਘ ਜਾਣਾ ਉਦੋਂ ਬਾਅਦ ਫਿਰ ਜਿੱਥੇ ਮਰਜ਼ੀ ਲੇਟਦੇ ਫਿਰਨਾ ਅੱਛਾ ਇਹ ਹਾਲਾਤ ਸੀ ਉੱਥੋਂ ਦੇ ਤਾਂ ਬਾਪੂ ਉੱਥੋਂ ਅੱਕਾ ਕਾਂਵਾ ਗਿਆ ਆਉਂਦਾ ਇੱਥੇ 4 ਉਂਗਲਾਂ ਜ਼ਮੀਨ ਪੱਟੀ ਥੱਲੇ ਸੱਪ ਨਿਕਲਦਾ ਪੈਂਦੇ ਨੇ ਅਤੇ ਕੀ ਪਤਾ ਸੱਪ ਕੋਈ ਲੜਨਾ ਜਾਵੇ ਮੈਂ ਕਿਹਾ ਲੜਦੇ ਹੋ ਅਤੇ ਰਾਤ ਨੂੰ ਮੰਜੇ ਦੇ ਸਿਰਾਣੇ ਉਹ ਚੂਕੂਕਦੇ ਅਤੇ ਲੜਨਾ ਹੋਵੇ ਤਾਂ ਇੱਥੇ ਨਹੀਂ ਚੜ੍ਹ ਸਕਦੇ ਮੰਜੇ ਦੇ ਉੱਤੇ ਮੈਨੂੰ ਜੀ ਸਾਰੀਆਂ ਗੱਲਾਂ ਯਾਦ ਹੈ ਜਦੋਂ ਇੱਥੋਂ ਮੋਗਿਓ ਮੈਨੂੰ ਲੈ ਕੇ ਗਿਆ ਤਾਂ ਮੇਰਾ ਬਾਪੂ ਅਤੇ ਉਹ ਮੇਰਾ ਭਰਾ ਜਿਹੜਾ ਸੀ ਉਹ ਗੁੱਸੇ ਰਾਜੀ ਹੁੰਦਾ ਛੋਟਾ ਜਿਹੜਾ ਸੀ ਵਾਹੀ ਵੂਹੀ ਕਰਦਾ ਉਹਨੇ ਆਖਿਆ ਤੂੰ ਇਹਨੂੰ ਵੀ ਲੈ ਚੱਲਿਆ ਇਹਨੂੰ ਵੀ ਨਾਲ ਸੈਲਾਂ 'ਤੇ ਲਾ ਲਿਆ ਅਤੇ ਆਪ ਵੀ ਲੱਗ ਪਿਆ ਉਹਨੇ ਆਖਿਆ ਵੀ ਤੂੰ ਪੈਸਾ ਕੋਈ ਦੇਣਾ ਕਿਰਾਏ ਨੂੰ ਦੇ ਨਹੀਂ ਦੇਣਾ ਉਹਨੇ ਤਾਂ ਮੈਂ ਚੱਲਿਆ ਆਖੇ ਅੱਛਾ ਉਹ ਫਿਰ ਉੱਥੋਂ ਚੱਲਿਆ ਅਤੇ ਬੂਟੇ ਵਾਲੇ ਆ ਗਿਆ ਬਾਪੂ ਲੈ ਕੇ ਮੈਨੂੰ ਇੱਥੋਂ ਜੋ ਲੈ ਕੇ ਤੁਰਿਆ ਨਾ ਅਤੇ ਧੀ ਤੋਂ ਪੈਸੇ ਨਹੀਂ ਉਹਨੇ ਮੰਗੇ ਬੂਟੇ ਵਾਲੇ ਆਈ ਤੋਂ ਉਹ ਮੈਨੂੰ ਪੈਦਲ ਲੈ ਕੇ ਟੁਰ ਪਿਆ ਅਗਾਂ ਇੱਕ ਸ਼ਹਿ ਆਇਆ ਪਿੰਡ ਮੱਲਾ ਨਾੜੇ ਨਹੀਂ ਸੀ ਉਹ ਹੋਰ ਸੀ ਲੋਹੀਆਂ ਸੀ ਉਹ ਲੋਹੀਆਂ ਲੈ ਕੇ ਗਿਆ ਉੱਥੋਂ ਦਰਿਆ ਰਲਦੇ ਸੀ ਪਿੱਛੋਂ 7 ਦਰਿਆ ਦਾ ਰਲਦੇ ਸੀ ਉੱਥੇ ਲੈ ਕੇ ਗਿਆ ਅਤੇ ਮੈਂ ਆਖਿਆ ਬਾਪੂ ਮੈਂ ਤਾਂ ਭੁੱਖ ਲੱਗੀ ਆਉਂਦਾ ਇੱਥੋਂ ਰੋਟੀ ਖਾਂਦੇ ਹਾਂ ਉਹ ਇੱਕ ਘਰ ਵੜਿਆ ਜਾ ਕੇ ਆਉਂਦਾ ਬੀਬੀ ਆਹ ਬੱਚਾ ਮੇਰੇ ਨਾਲ ਹੈ ਅਤੇ ਇਹਨੂੰ ਭੁੱਖ ਲੱਗ ਗਈ ਹੈ ਉਹਨੇ ਆਖਿਆ ਜੀ ਆਇਆ ਨੂੰ ਬਹਿ ਜਾਓ ਅੱਲਾ ਦੀ ਕਿਰਪਾ ਵਾਹਿਗੁਰੂ ਦੀ ਰੋਟੀਆਂ ਜਿੰਨੀਆਂ ਆਖੋ ਉਹਨੇ ਆਂਡੀ ਉਂਡੀ ਪਕਾਈ ਰੋਟੀਆਂ ਤੰਦੂਰੀ 'ਤੇ ਲਾਈਆਂ ਲਾ ਲੂ ਕੇ ਸਾਨੂੰ ਰੋਟੀ ਰਾਟੀ ਖਵਾਈ ਰੋਟੀ ਖਾ ਕੇ ਬੈਠੇ ਹਾਂ ਅਤੇ ਉਹਦਾ ਬੰਦਾ ਆ ਗਿਆ ਪੈਲੀ ਪੂਲੀ ਵਾਹ ਕੇ ਉਹਨੇ ਆ ਕੇ ਬਲਦ ਬਦਲੇ ਤੋਂ ਆਉਂਦਾ ਵੀ ਪ੍ਰਾਹੁਣੇ ਕਿੱਥੋਂ ਆਏ ਨੇ ਉਹਨੇ ਆ ਪ੍ਰਾਹੁਣੇ ਮੇਰੇ ਤਾਂ ਵਾਕ ਬੰਨੇ ਗਏ ਅਤੇ ਵਿਚਾਰੇ ਆਉਂਦੇ ਅਸੀਂ ਬੂਟੇ ਵਾਲਿਓਂ ਆਏ ਆ
ਤੇ ਲੜ ਬੋਲ ਕੇ ਆਏ ਨੇ ਘਰੋਂ ਤੇ ਉਹਨੇ ਆਖਿਆ ਵੀ ਇਹ ਕਾਹਦੇ 'ਤੇ ਗੱਡੀ ਗੁੱਡੀ 'ਚ ਆਈ ਕੋਈ ਨਹੀਂ ਕਾਹਦੇ 'ਤੇ ਆਏ ਨੇ ਉਹ ਆਉਂਦੀ ਇਹ ਤੁਰ ਕੇ ਹੀ ਆਏ ਨੇ ਉਹਨੇ ਆਖਿਆ 6 ਮੀਲ ਪੰਧ ਅਤੇ ਆ ਬੱਚੇ ਨੂੰ ਇਹ ਤੋਰ ਕੇ ਭਾਈ ਲਿਆ ਭਾਈ ਤੇਰੇ ਕੋਲ ਪੈਸੇ ਨਹੀਂ ਹੈਗੇ ਉਹਨੇ ਆਖਿਆ ਮੈਂ ਪੋਤਰਾਂ ਲੜ ਕੇ ਆਇਆ ਪੋਤਰਾਂ ਦਾ ਹੀ ਲੈ ਕੇ ਨਾ ਜਾ ਇਹਨੂੰ ਮੈਂ ਇਹਨੂੰ ਲੈ ਤੁਰਿਆ ਅਤੇ ਮੈਂ ਜਾਣਾ ਸੁਲਤਾਨਪੁਰ ਲੈ ਕੇ ਇਹਨੂੰ ਅਤੇ ਉਹਨੇ ਆਖਿਆ ਪੈਸਾ ਕੋਲ ਕੋਈ ਨਹੀਂ ਤਾਂ ਗੱਡੀ ਆਉਣੀ ਹੈ 11 ਵਜੇ ਤੁਸੀਂ ਗੱਡੀ 'ਤੇ ਬਹਿ ਜਾਓ ਉਹਨੇ ਆਖਿਆ ਅੱਛਾ ਗੱਡੀ 'ਤੇ ਬਹਿ ਜਾਵਾਂਗੇ ਉਹਨੇ ਰੁਪਈਆ 200 ਕਿ 250 ਕੱਢਿਆ ਉਹਨੇ ਆਖਿਆ ਬੱਚੇ ਨੂੰ ਹੁਣ ਨਾ ਟੋਰੀ ਅੱਗੇ ਤੂੰ ਟੋਰੀ ਹੈ ਹੁਣ ਨਾ ਟੋਰੀ ਇੱਥੋਂ ਗੱਡੀ 'ਤੇ ਬਹਾ ਇਹਨੂੰ ਜਿੱਥੇ ਜਾਣਾ ਲੈ ਕੇ ਚਲਾ ਜਾ ਪੈਸਿਆਂ ਦੀ ਹੋਰ ਜ਼ਰੂਰਤ ਸੀ ਅਤੇ ਲੈ ਲਾ ਤੂੰ ਇਹਨੂੰ ਟੋਰ ਕੇ ਨਾਲ ਜਾਈ ਉਹ ਫਿਰ ਮੈਂ ਲੈ ਗਿਆ ਕਪੂਰਥਲੇ ਰਿਆਸਤ 'ਚ ਉੱਥੇ ਗਏ ਅਤੇ ਉੱਥੇ ਜਾ ਕੇ ਦੁਆਣਾ ਲੈ ਦਿੱਤਾ ਐਡਾ ਸਾਰਾ ਉਹ ਦੁਆਣਾ ਸੀ ਲੈ ਕੇ ਨਿਕਲੇ ਸ਼ਹਿਰੋਂ ਬਾਹਰ ਉੱਥੇ ਜਾ ਕੇ ਉਹਨੇ ਚਾਕੂ ਕੱਢਿਆ ਜੇਬ 'ਚੋਂ 2 ਡੱਕਰੇ ਕਰਕੇ 1 ਮੈਨੂੰ ਫੜਾ ਤਾ ਐਡਾ ਕਿਤੇ ਕਾਬ ਖਾ ਲਿਆ ਖਾ ਕੇ ਤਾਂ ਉੱਥੋਂ ਅਸੀਂ ਬੈਠੇ ਟਾਂਗੇ 'ਤੇ ਅਤੇ ਪਹਿਲਾਂ ਫੱਤੂ ਢੀਂਗਾ ਪਿੰਡ ਸੀ ਉੱਥੇ ਗਏ ਚੱਲਿਆ ਉੱਥੇ ਗਏ ਅਤੇ ਉਹਨਾਂ ਨੇ ਵੇਖਿਆ ਸੀ ਵਾਹਵਾ ਚਿਰ ਮਗਰੋਂ ਉਹ ਆਈਆਂ ਜੋਗਿੰਦਰ ਸਿਆ ਮੁੰਡਾ ਕਿਹੜਾ ਆ ਉਹ ਆਉਂਦਾ ਚੁੱਪ ਕਰਕੇ ਬਹਿ ਜਾਓ ਇਹ ਗਿਆ ਸੀ ਮੇਰੀ ਸੁਰਤ ਜਦੋਂ ਨਿੱਕਾ ਜਿਹਾ ਮੈਂ ਉਦੋਂ ਕਿਤੇ ਗਿਆ ਸੀ 10-12 ਸਾਲਾਂ ਬਾਅਦ ਗਿਆ ਉੱਥੇ ਉਹ ਆਉਂਦੀਆਂ ਇਹ ਮੁੰਡਾ ਉਹੋ ਹੀ ਨਹੀਂ ਗਾ ਆਖੇ ਹਾਂ ਉਹੋ ਹੀ ਹੈ ਮੇਰੇ ਸਿਰ 'ਤੇ ਦੇਣ ਪਿਆਰ ਅਤੇ ਉਹਨੂੰ ਪੁੱਛਣ ਮੁੰਡਾ ਉਹੋ ਹੀ ਹੈ ਖਿਆ ਉਹੋ ਹੀ ਹੈ ਉਹ 50 ਜਨਾਨੀਆਂ ਆਈਆਂ ਜਦੋਂ 25 ਭੁਗਤ ਗਈਆਂ 25 ਰਹਿ ਗਈਆਂ ਮੈਂ ਉਹਨਾਂ ਦਾ ਬੀਬੀ ਦਾ ਹੱਥ ਪਿਛਾ ਕੀਤਾ ਮੈਂ ਕਿਹਾ ਮੇਰਾ ਤਾਂ ਅੱਧਾ ਸਿਰ ਘਸਾਤਾ ਜੇ ਮੁੰਡਾ ਉਹੋ ਹੀ ਉਹੋ ਦਾ ਮਤਲਬ ਕੀ ਹੈ ਅੱਛਾ ਆਉਂਦੇ ਆ ਜੋਗਿੰਦਰ ਸਿੰਘ ਉਹਨੂੰ ਪਤਾ ਮੈਂ ਆਖਿਆ ਅੱਛਾ ਮੈਂ ਕਿਹਾ ਬਾਪੂ ਇਹ ਆਉਂਦੀਆਂ ਮੁੰਡਾ ਉਹੋ ਹੀ ਹੈ ਕੀ ਮਤਲਬ ਹੈ ਆਉਂਦੀਆਂ ਮਰਨਾ ਮਤਲਬਾਂ ਦਾ ਕੀ ਹੋਣਾ ਹੈ ਜਦੋਂ ਨਾ ਉੱਜੜ ਕੇ ਆਏ ਨਾ ਤੇਰੀ ਉਮਰ ਸੀ ਥੋੜ੍ਹੀ 2 ਸਾਲ ਦੀ 2.5 ਸਾਲਾਂ ਦੀ ਅਤੇ ਇਹਨਾਂ ਨੇ ਉਦੋਂ ਵੇਖਿਆ ਸੀ ਉਦੋਂ ਬਾਅਦ ਇਹਨਾਂ ਨੇ ਹੁਣ ਵੇਖਿਆ ਤੂੰ ਸਿਰ ਬਿਮਾਰ ਤੇਰਾ ਪਤਾ ਨਹੀਂ ਬਚਣ ਦਾ ਤਾਂ ਕਰਕੇ ਇਹਦੀਆਂ ਮੁੰਡਾ ਉਹ ਹੀ ਹੈ ਮੈਂ ਕਿਹਾ ਅੱਛਾ ਉਹ 2-4-10 ਦਿਨ ਗੁਜ਼ਰੇ ਨਾ ਅਤੇ ਸਾਈ ਇੱਟਾਂ ਕੱਢਦਾ ਪਿਆ ਸੀ ਮੈਂ ਨਿਕਲਿਆ ਬਾਹਰ ਅਤੇ ਮੈਨੂੰ ਉਹਦਾ ਜੋਗਿੰਦਰ ਸਿੰਘ ਦਾ ਮੁੰਡਾ ਨਿੱਕਾ ਤੂੰ ਹੀ ਹੈ ਮੈਂ ਕਿਹਾ ਆਹੋ ਉਹ ਸਾਈ ਨੇ ਪਹਿਲਾਂ ਤਾਂ ਮੈਨੂੰ ਦੱਸਿਆ ਉਹਨੇ ਆਖਿਆ ਵੀ ਤੂੰ ਇਹਨਾਂ ਦਾ ਮੁੰਡਾ ਨਹੀਂ ਗਾ ਮੈਂ ਕਿਹਾ ਹੋਰ ਕਿੰਨਾ ਦਾ ਉਹਨੇ ਆ ਤੂੰ ਮੁਸਲਮਾਨਾਂ ਦਾ ਮੁੰਡਾ ਇਹਨੇ ਤੈਨੂੰ ਫੜਿਆ ਸੀ ਮੈਂ ਕਿਹਾ ਤੈਨੂੰ ਕਿਵੇਂ ਪਤਾ ਤੂੰ ਇੱਟਾਂ ਕੱਢਣਾ ਇੱਥੇ ਸਾਈ ਆ ਤੈਨੂੰ ਕੀ ਪਤਾ ਮੈਂ ਮੁਸਲਮਾਨਾਂ ਦਾ ਕਿ ਮੈਂ ਇਹਨਾਂ ਦਾ ਮੁੰਡਾ ਨਹੀਂ ਆਉਂਦਾ ਜਦੋਂ ਇਹਨਾਂ ਨੇ ਫੜਿਆ ਸੀ ਨਾ ਇੱਕ ਵਾਰੀ ਇੱਥੇ ਆਏ ਸੀ ਅਤੇ ਇੱਥੋਂ ਫਿਰ ਗਏ ਨੇ ਮਾਛੀ ਬੁਗਰੇ ਜ਼ਮੀਨ ਉੱਥੇ ਜਾ ਕੇ ਪਈ ਸੀ ਅਸੀਂ ਉਦੋਂ ਤੈਨੂੰ ਵੇਖਿਆ ਸੀ ਅਤੇ ਤੇਰੇ ਤੋਂ ਛੋਟਾ ਹੋਰ ਤਾਂ ਕੋਈ ਨਹੀਂ ਮੈਂ ਕਿਹਾ ਨਹੀਂ ਉਹਨਾਂ ਬਸ ਤੂੰ ਹੀ ਮੁਸਲਮਾਨਾਂ ਦਾ ਮੁੰਡਾ ਤੈਨੂੰ ਫੜਿਆ ਸੀ ਤੁਹਾਡੇ 'ਤੇ ਭੇਤ ਪਹਿਲੀ ਵਾਰ ਉਦੋਂ ਖੁੱਲਿਆ ਸੀ ਮੇਰੇ ਕੋਲ ਸਾਈ ਨੇ ਭੇਤ ਉਦੋਂ ਖੋਲ੍ਹਿਆ ਅਤੇ ਭੈਣ ਨੇ ਮੇਰੇ ਕੋਲ ਭੇਤ ਉਦੋਂ ਖੋਲ੍ਹਿਆ ਜਦੋਂ ਮੈਂ ਉਹਦੇ ਕੋਲ ਦਿੱਲੀ ਨੂੰ ਚੱਲਿਆ ਆਪਦੇ ਭਰਾ ਦਾ ਅਤੇ ਉਹਦੇ ਰਜਾਈ ਟਾਲੀ ਦੇ ਥੱਲੇ ਰਜਾਈ ਵਿਛਾ ਕੇ ਅਤੇ ਲਗੰਦੇ ਮਾਰਦੀ ਪਈ ਸੀ ਉਹ ਤਾਂ ਤੁਸੀਂ ਪਿਛਲੀ ਕਹਾਣੀ ਸਾਨੂੰ ਸਾਰੀ ਗੱਲ ਦੱਸੀ ਸੀ ਹਾਂਜੀ ਲੇਕਿਨ ਸ਼ਾਇਦ ਤੁਸੀਂ ਉਹ ਜਿਹੜਾ ਕ੍ਰਿਸਚੀਅਨ ਸੀ ਈਸਾਈ ਸੀ ਉਹਦੇ 'ਤੇ ਐਡਾ ਯਕੀਨ ਨਾ ਕੀਤਾ ਕਿ ਮੈਂ ਮਜ਼ਾਕੜੀਆਂ ਕਰਦਾ ਹਾਂਜੀ ਹਾਂਜੀ ਸਾਈ ਦੀ ਗੱਲ 'ਤੇ ਮੈਂ ਯਕੀਨ ਨਹੀਂ ਕੀਤਾ ਤੁਹਾਨੂੰ ਯਕੀਨ ਆਇਆ ਸੀ ਆਪਣੀ ਭੈਣ ਦੀ ਗੱਲ ਹਾਂ ਭੈਣ ਦੀ ਗੱਲ 'ਤੇ ਦੁਬਾਰਾ ਜਦੋਂ ਉਹਨੇ ਆਖਿਆ ਮੈਂ ਰਜਾਈ ਨੂੰ ਗੱਲ ਸੀਨੀ ਪਈਆਂ ਤੂੰ ਉੱਠ ਖੜੋ ਰੂਮ ਇਕੱਠੀ ਹੋ ਜਾਊਗੀ ਮੈਂ ਆਖਿਆ ਵੀ ਮੈਂ ਤੈਨੂੰ ਤਾਂ ਮੈਂ ਤਾਂ ਇਹਦੇ 'ਤੇ ਲੇਟਣਾ 2 ਮਿੰਟ ਅਜੇ ਉਹਨੇ ਆਖਿਆ ਰਜਾਈ ਦੀ ਰੂਮ ਇਕੱਠੀ ਹੋ ਜਾਊ ਉੱਠ ਕੇ ਬਹਿ ਮੈਂ ਤੈਨੂੰ ਗੱਲ ਸੁਣਾਉਣੀ ਆ ਉਹ ਜਿਹੜੀ ਉਹਨੇ ਗੱਲ ਸੁਣਾਈ ਨਾ ਉੱਥੋਂ ਮੇਰੇ ਦਿਲ 'ਚ ਪੱਕ ਬਾਅਦ ਗਿਆ ਵੀ ਹਕੀਕਤ ਮੈਂ ਮੁਸਲਮਾਨਾਂ ਦਾ ਮੁੰਡਾ ਜਿਹੜਾ ਇਹ ਦੱਸਦੀ ਪਈ ਹੈ ਨਹੀਂ ਤਾਂ ਪਹਿਲਾਂ ਨਹੀਂ ਸੀ ਮੈਨੂੰ ਪਤਾ ਉਹ ਜਿਹੜੀ ਭੈਣ ਜੀ ਦੇ ਜਿਹਨੇ ਮੈਨੂੰ ਇਹ ਗੱਲ ਦੱਸੀ ਸੀ ਨਾ ਉਹਦੇ ਤੋਂ ਜਿਹੜੀ ਵੱਡੀ ਸੀ ਨਾ ਉਹਦੇ ਨਾਲ ਮੇਰਾ ਬੜਾ ਪਿਆਰ ਸੀ ਉਹ ਵੱਡੀ ਸਰਿਆਲੀ ਹੈ ਪਾਰ ਇੰਡੀਆ 'ਚ ਸਰਿਆਲੀ ਦੇ ਕੋਲ ਬੁਰਜ ਰਾ ਕੇ ਉਹ ਰਾ ਕੇ ਬੁਰਜਾ 'ਚ ਰਹਿੰਦੀ ਉਹਦੇ ਬੰਦੇ ਨਾਲ ਹਰਬੰਸ ਸਿੰਘ ਸੀ ਫੌਜੀ ਸੀ ਉਹ ਬੰਦਾ ਉਹਦਾ ਅੱਛਾ ਉਹ ਆਇਆ ਸੀ ਦੂਜਾ ਰਿਜ਼ਰਵ ਹੋ ਕੇ ਵੀ ਜਦੋਂ ਲੜਾਈ ਹੋਣੀ ਉਦੋਂ ਉਹ ਸਾਦੇ ਸੀ ਅੱਗੇ ਪਿੱਛੇ ਉਹ ਘਰ ਰਹਿੰਦਾ ਸੀ ਕੰਮ ਕਰਦਾ ਸੀ ਆਪਦਾ ਠੀਕ ਹੈ ਉਹ ਰਿਜ਼ਰਵੀਆ ਸੀ ਹਰਬੰਸ ਸਿੰਘ ਉਹਦਾ ਨਾਂ ਸੀ ਅਤੇ ਉਹਦੀ ਮਾਂ ਦੇ ਨਾਂ ਦਾਨੀ ਸੀ ਅਤੇ ਪਿਓ ਦਾ ਨਾਂ ਹੈਗਾ ਸੀ ਨੰਦ ਸਿੰਘ ਉਹ ਹਰਬੰਸ ਸਿੰਘ ਜਿਹੜਾ ਹਰਬੰਸ ਸਿੰਘ ਦੇ ਪਿਓ ਦਾ ਨਾਂ ਨੰਦ ਸਿੰਘ ਸੀ ਅਤੇ ਮਾਂ ਨਾਂ ਦਾਨੀ ਸੀ ਜਿਹੜਾ ਬੁਰਜ ਰਾ ਕੇ ਰਹਿੰਦਾ ਸੀ ਰਾ ਕੇ ਬੁਰਜਾਂ 'ਚ ਇਹ ਪਿੰਡ ਬੁਰਜ ਰਾ ਪਿੰਡ ਬੁਰਜ ਸਰਿਆਲੀ ਤੋਂ ਲਹਿੰਦੇ ਪਾਸੇ ਠੀਕ ਹੈ ਸਰਿਆਲੀ ਹਰੀ ਕੇ ਪੱਤਣ ਤੋਂ ਪਾਰ ਵਾਰ ਹੈ ਅਤੇ ਉਹਦੀ ਜਿਹੜੀ ਹੈਗੀ ਸੀ ਨਾ ਧੀ ਵੱਡੀ ਉਹ ਹੀ ਸੀ ਧੀ ਜਿਹੜੀ
ਉਹ ਮੇਰੀ ਭੈਣ ਪੜੇਵੀਂ, ਉਹਦਾ ਨਾਂ ਮੇਰੇ ਨਾਂ 'ਤੇ ਉਹਨਾਂ ਨੇ ਸੁਰਜੀਤ ਕੌਰ ਜੀਤੋ ਜੀਤੋ ਰੱਖਿਆ ਹੋਇਆ ਸੀ। ਤੁਹਾਡੇ ਨਾਂ 'ਤੇ ਤੁਹਾਡੀ ਭਣੇਵੀਂ ਦਾ ਨਾਂ ਰੱਖਿਆ? ਹਾਂਜੀ, ਜੀਤੋ ਆਉਂਦੇ ਸੀ ਉਹਨੂੰ, ਸੁਰਜੀਤ ਕੌਰ। ਹਾਂਜੀ, ਠੀਕ ਹੈ। ਅੱਛਾ, ਇਹ ਨਹੀਂ ਕਦੇ ਪਤਾ ਲੱਗਿਆ ਵੀ ਜਿਹੜੀ ਉਹ ਫੈਮਿਲੀ ਸੀ ਜੋਗਿੰਦਰ ਸਿੰਘ ਕੀ? ਹਾਂਜੀ। ਕੌਣ ਸਨ, ਕਿਹੜੇ ਫੈਮਿਲੀ? ਜੱਟ ਸਨ? ਉਹ ਗਿੱਲ ਜੱਟ ਸੀ। ਗਿੱਲ ਸਨ? ਗਿੱਲ ਜੱਟ ਸੀ, ਉਹ ਗਿੱਲ ਜੱਟ ਸੀ। ਜਿਹੜਾ ਤੁਸੀਂ ਹੁਣ ਨਿਸ਼ਾਨੀਆਂ ਦੱਸੀਆਂ ਨਾ, ਹਾਂਜੀ, ਆਪਣੀ ਭੈਣਾਂ ਬਾਰੇ, ਖਾਸ ਤੌਰ ਤੇ ਦੋ ਬਾਰੇ, ਹਾਂਜੀ, ਔਰ ਆਪਣੇ ਭਾਈ ਫਕੀਰ ਸਿੰਘ ਬਾਰੇ, ਹਾਂਜੀ, ਉਹਦੇ ਤੋਂ ਹੁਣ ਤੁਹਾਨੂੰ ਉਸ ਖਾਨਦਾਨ ਦਾ ਕੋਈ ਨਾ ਕੋਈ ਅਤਾ ਪਤਾ ਜ਼ਰੂਰ ਲੱਗ ਜਾਏਗਾ, ਠੀਕ ਹੈ ਨਾ? ਹਾਂਜੀ। ਉਹ ਹੁਣ ਤੁਹਾਡੇ ਭੈਣ ਭਰਾ ਤਾਂ ਤੁਹਾਡੇ ਤੋਂ ਵੱਡੇ ਸਨ ਸਾਰੇ ਹੀ? ਹਾਂਜੀ। ਉਹ ਤਾਂ ਹੋ ਸਕਦਾ ਪੂਰੇ ਹੋ ਗਏ, ਇਵੇਂ ਹੀ ਹੈ, ਉਹਨਾਂ ਦੀ ਔਲਾਦ ਹੋਊਗੀ, ਅਗੋਂ ਔਲਾਦ ਹੋਵੇਗੀ। ਹਾਂਜੀ। ਤੇ ਉਹ ਕਹਿਣਗੇ ਸਾਡਾ, ਹਾਂਜੀ, ਚਾਚਾ ਚਾਚਾ, ਤੇ ਦੂਸਰੇ ਆਖਣਗੇ ਮਾਮੂ ਸਾਡਾ, ਮਾਮਾ ਫਿਰ, ਹਾਂਜੀ, ਪਾਕਿਸਤਾਨ ਵਿੱਚ। ਹਾਂਜੀ ਹਾਂਜੀ। ਜਿਹੜੀ ਅੰਬਰ ਸਿੰਘ ਅੰਬਰਸਰ ਵਿਆਹ ਹੀ ਸੀ, ਤਰਨ ਤਾਰਨ ਵਿਆਹ ਹੀ ਸੀ ਉਹ, ਤੇ ਉਹਦੇ ਬੰਦੇ ਦਾ ਨਾਮ ਮੱਖਣ ਸਿੰਘ ਸੀ। ਉਹ ਤਹਿਸੀਲਦਾਰ ਦੇ ਜਿਹੜੇ ਕਰਜ਼ੇ ਕੁਰਜ਼ੇ ਨਹੀਂ ਲੋਕ ਦਿੰਦੇ, ਅਤੇ ਬਾਅਦ 'ਚ ਤਹਿਸੀਲਦਾਰ ਜਾ ਕੇ ਗ੍ਰਾਹੀ ਕਰਦੇ ਨੇ, ਉਹ ਪੁਲਿਸ ਨੂੰ ਲਾਇਆ ਕੇ, ਅਤੇ ਉਹ ਗ੍ਰਾਹੀ ਕਰਨ ਜਾਂਦਾ, ਇਤਕਾਵੀਆਂ ਦੇ ਪੈਸੇ ਜਿਹੜੇ ਦਿੱਤੇ ਹੁੰਦੇ ਸੀ। ਉਹਦਾ ਨਾਂ ਮੱਖਣ ਸਿੰਘ ਸੀ। ਵਾਕਿਆ ਯਾਦ ਇਹ ਹੈ ਕਿ ਘਰੋਂ ਮੁੰਡਿਆਂ ਦਾ ਖੂਹ 'ਤੇ ਨਹਾਉਣ ਚਲਿਆ ਗਿਆ ਮੈਂ, ਅਤੇ ਉਹਦੇ ਪਿੱਛੇ ਹੁੰਦਾ ਲੋਹੇ ਦਾ ਕੁੱਤਾ ਲੱਗਾ ਹੋਇਆ ਖੂਹ ਦੇ। ਅੱਛਾ। ਉਹ ਜਿਸ ਵੇਲੇ ਕੁੱਤਾ ਜੋ ਉਹਨਾਂ ਨੇ ਪਿੱਛੋਂ, ਮੈਂ ਖੂਹ ਦੇ ਵਿੱਚ ਵੜਨ ਲੱਗਾ ਨਾ ਟਿੰਡਾਂ ਥਾਣੇ, ਅਤੇ ਉਹਨਾਂ ਨੇ ਕੁੱਤਾ ਲਾ ਤਾ, ਅਤੇ ਖੂਹ ਉਲਟਾ ਜਾ ਲੱਗ ਪਿਆ ਗਿੜਨ। ਅੱਛਾ। ਅਤੇ ਖੂਹ ਦੇ ਵਿੱਚ ਮੈਂ ਜਾ ਡਿੱਗਾ। ਉਹ ਇੱਥੇ ਰੱਖੋ। ਜੇ ਖੂਹ ਦੇ ਵਿੱਚ ਜਾ ਡਿੱਗਾ ਤਾਂ ਉਹਨਾਂ ਨੇ ਆਖਿਆ ਵੀ ਇਹ ਮਰ ਗਿਆ ਹੁਣ। ਉਹ ਦੂਸਰੇ ਪਾਸੇ ਜਦੋਂ ਕੁੱਤਾ ਦੂਸਰੇ ਨੇ ਲਾਇਆ, ਉਹਨੇ ਆਖਿਆ ਆਪਾਂ ਭੱਜ ਚਲੀਏ, ਉਹਨਾਂ ਨੇ ਕੁੱਤਾ ਲਾਈ ਚਲੀਏ, ਜੇ ਨਿਕਲ ਜੀਂਦਾ ਹੋਇਆ ਤਾਂ ਨਿਕਲ ਪਊ ਬਾਹਰ। ਉਹਨਾਂ ਨੇ ਕੁੱਤਾ ਨਾਲ ਲਾ ਦਿੱਤਾ, ਉਹ ਮੈਂ ਟਿੰਡਾ ਥਾਣੀ ਬਾਹਰ ਨਿਕਲਿਆ, ਪਾਣੀ ਦੇ ਵਿੱਚ ਡਿੱਗਾ, ਪਾਣੀ ਸੱਟ ਤਾਂ ਕੋਈ ਨਾ ਲੱਗੀ ਮੇਰੇ। ਉਦੋਂ ਬਾਅਦ ਫਿਰ ਖੇਡਣ ਗਏ ਅਸੀਂ, ਅਤੇ ਉਹ ਲੱਕੜ ਦੇ ਹੈਗੇ ਸੀ ਗੋਲ ਚੱਕਰ, ਜਿਹਦੇ ਨਾਲ ਖੂਹ ਗਿੜਦਾ, ਉਸਲੇ ਪਾਸੇ ਗਾਂਹ ਦੀ ਬੱਧੀ ਹੁੰਦੀ ਹੈ, ਅਤੇ ਇਹਦੀ ਪਰਾਈ ਦੇ ਖੱਬੜ ਵੱਟ ਕੇ ਨਾ ਸੁਬੜੇ, ਉਹਦੇ ਨਾਲ ਗਾਂਹ ਦੀ ਉਣੀ ਹੁੰਦੀ, ਉਹਦੇ 'ਤੇ ਬੰਦਾ ਬਹਿ ਕੇ ਬਲਦ ਨੂੰ ਰੱਖਦਾ ਜਿਹੜਾ ਜੋੜਿਆ ਹੁੰਦਾ। ਠੀਕ ਹੈ। ਉੱਥੇ ਗਏ ਅਤੇ ਮੈਨੂੰ ਆਖਦੇ ਵੀ ਤੂੰ ਜਿੱਥੋਂ ਇਹ ਨਿਕਲਦੀ ਹੈ ਲੋਹੇ ਦੀ ਲੱਠ ਜੀ, ਉੱਥੇ ਹੱਥ ਲਾ ਆਵੇਂਗਾ। ਮੈਂ ਕਿਹਾ ਲਾ ਲੂੰਗਾ ਮੈਂ। ਉਹ ਮੈਂ ਉੱਥੋਂ ਗਾਂਹ ਦੀ ਤੋਂ ਉੱਠਿਆ, ਅਤੇ ਉਹ ਲੱਕੜ ਦੇ ਨਾਲ ਨਾਲ ਉੱਤੇ ਤੁਰਿਆ ਗਿਆ, ਜਿੱਥੇ ਲੱਠ ਲੋਹੇ ਦੀ ਗੋਲ ਚੱਲਦੀ ਨਾ, ਜਿਹਦੇ ਨਾਲ ਗਾਂਹ ਦੀ ਚੱਲਦੀ ਹੈ, ਉਹਨੂੰ ਹੱਥ ਲਾਉਣ ਗਿਆ, ਤਾਂ ਮੈਂ ਉਹ ਖੂਟੂ ਦੇ ਵਿੱਚ ਡਿੱਗ ਪਿਆ, ਜੇ ਲੱਕੜ ਦੇ ਥੱਲੇ ਹੋ ਕੇ ਬੂੜੀਏ ਆਉਂਦੇ ਨੇ। ਹਾਂ। ਉਹ ਜੇ ਮੈਂ ਉਹਦੇ 'ਚ ਡਿੱਗ ਪਿਆ, ਤੂੰ ਬੂੜੀਆ ਨਾ ਫਿਰਿਆ, ਬਲਦ ਖੜੋ ਗਿਆ, ਮੈਨੂੰ ਕੱਢ ਲਿਆ, ਕੱਢ ਕੇ ਤਾਂ ਇਹਨਾਂ ਥਾਵਾਂ 'ਤੇ ਮਾੜੀਆਂ ਮੋਟੀਆਂ ਰਗੜਾਂ ਚੂਕਣਿਆਂ 'ਤੇ ਲੱਗੀਆਂ, ਮੇਰੇ ਉੱਥੇ ਡਿੱਗਿਆ। ਉਹ ਜਦੋਂ ਘਰ ਆਇਆ ਤਾਂ ਬਾਪੂ ਆਹਦਾ ਵੀ ਹੁਣ ਇਹ ਕੀ ਬਣਿਆ? ਮੈਂ ਕਿਹਾ ਕੁਛ ਵੀ ਨਹੀਂ ਬਣਨਾ। ਕਿਉਂ ਨੇ ਆਖਾ ਦੁੱਧ ਲਿਆਓ, ਇਹਨੂੰ ਦੁੱਧ ਪਿਆਓ, ਘਿਓ ਪਾ ਕੇ ਦੁੱਧ ਪਿਆਓ ਇਹਨੂੰ, ਇਹਦੇ 'ਤੇ ਰਗੜਾਂ ਰੁਗੜਾਂ ਲੱਗੀਆਂ ਪਈਆਂ ਨੇ। ਅੱਛਾ। ਗੱਲ ਕਾਹਦੀ, ਮੈਂ ਤੈਨੂੰ ਦੱਸਾਂ, ਮੈਨੂੰ ਤਾਂ ਤੀਲ ਕੰਡਾ ਵੱਜ ਜਾਂਦਾ ਸੀ ਨਾ, ਅਤੇ ਸਾਰੇ ਜੀ ਰਾਤ ਨੂੰ ਆਵਾਜ਼ਾਰ ਹੋ ਜਾਂਦੇ, ਉਹ ਆਉਂਦੇ ਹੋ ਹੋ ਕੰਡਾ ਇਹਨੂੰ ਨਹੀਂ ਵੱਜਣਾ ਚਾਹੀਦਾ, ਸਾਨੂੰ ਵੱਜ ਜਾਂਦਾ, ਤਾਂ ਬਿਹਤਰ ਸੀ ਇਹਨੂੰ ਕੰਡਾ ਕਿਉਂ ਵੱਜੇ ਹੈ। ਹੋਰ ਵਿਆਹਾਂ ਸ਼ਾਦੀਆਂ 'ਤੇ ਵੀ ਨਾਲ ਲੈ ਕੇ ਜਾਂਦੇ ਸੀ, ਜਿੱਥੇ ਵਿਆਹ ਹੁੰਦਾ ਸੀ ਨਾਲ ਲੈ ਕੇ ਜਾਂਦੇ ਸੀ। ਪਿੰਡ ਦੇ ਵਿੱਚ ਕਿਸੇ ਦੀ ਸ਼ਾਦੀ ਹੁੰਦੀ ਸੀ ਅਤੇ ਕੁੜੀਆਂ ਗਾਵਾਂ 'ਚ ਕੱਢਣ ਜਾਂਦੀਆਂ ਨੇ, ਉਹਨਾਂ ਦੇ ਘਰ ਤੂੰ ਉਹਨਾਂ ਦੇ ਘਰ ਨਾਲ ਲੈ ਜਾਣਾ, ਤੂੰ ਬੈਠਾ ਵੀ ਉੱਥੇ, ਅਤੇ ਨਾਲੇ ਵੇਖੀ ਤੂੰ ਗਾਵਣ ਬੁੜੀਆਂ ਕਿਵੇਂ ਕੱਢਦੀਆਂ ਨੇ।